आ गया जी आ गया, छा गया जी छा गया, आ गया जी आ गया, छा गया जी छा गया। सब कुछ नवा नवा है, नवी सोच ते नवा समा है। सब कुछ नवा नवा है, नवी सोच ते नवा समा है। थोड़े संग एफएम रंग एफएम, तुसी सुन रहे हो रंग एफएम। मैं चौंदी हां मुहब्बत दा खिड़े गुलजार हर पासे, जिधर देखा नजर आए दिलां च प्यार हर पासे। मुहब्बत दी इबारत ही बने पूजा इबादत वी, ते दे पुजारी होन दावेदार हर पासे। अच्छाई दा उगे सूरज चढ़े चंदा होए चानन, मिटा देवे बुराई दा जो है अंधकार हर पासे। कदों कुछ होया ए हासिल इना युद्धां लड़ाइयां चो, गवाही दे रहा इतिहास बारंबार हर पासे। रेडियो रंग एफएम दे अजीज दोस्तों, मैं हां तुहाडी दोस्त होस्ट सिंदर कौर कालो, अज हाजिर हां तुहाडा पसंदीदा प्रोग्राम कलमा दे रूप। प्रोग्राम सब तो पहले पंजाबी साथ अकेडमी चंडीगढ़ ते रेडियो रंग एफएम दे बहुत शुक्रगुजार हां, धन्नवादी हां जिन्हां ने सानू इस प्रोग्राम पेश करन दा मौका दिता। दोस्तों, पंजाबी साथ अकेडमी चंडीगढ़ दे प्रधान डॉक्टर सरबजीत कौर सोल दी लोक अगवाई हेठ लगातारता विच साहित सरगर्मियां जारी हन। ये बहुत सारे प्रोग्राम कोरोना महामारी के कारण ऑनलाइन हो रहे हैं, ते असी रेडियो रंग एफएम ते पंजाब साहित्य अकैडमी वालों एक प्रोग्राम शुरू किया है कलमा दे रूप। इस विच पिछले समय तो बहुत वधिया प्रोग्राम्स, बहुत वधिया कलमा दे रूबरू तुहानू करवा रहे हाँ। ते तुसी सोच रहे होवोगे कि अज किस कलम दे रूबरू तुहानू करवाउंदे हाँ। दोस्तों, अज जिस अदबी कलम के रूबरू असी तुहानू करवान जा रहे हाँ, वो सिख्या साहित ते समाज सेवा दी त्रिवेणी है। 14 किताबां साहित झोली पा चुके ने, 8 दर्जन साझे काव्य संग्रह छप चुके ने, ते अनेकां ही माना सन्माना नाल लबरेज शख्सियत डॉक्टर गुरचरण कौर कोचर। बहुत बहुत स्वागत है डॉक्टर साहब आपका साडे। सिंदर कालो जी, तुहाडा भी बहुत बहुत शुक्रिया, तुसी इन्ने खूबसूरत बोलां नाल मैनूं माण दित्ता है, बहुत बहुत शुक्रिया तुहाडा इत्थे बुलाउण दे जी। दोस्तों, इस तो पहला कि असी इन्हां नाल अपनी गुफ्तगू शुरू करिए, इन्हां दी इक वीडियो, इन्हां दी किताबां दी, इन्हां दे मान सन्मानां दी ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਤੇ ਆਓ ਵੇਖਦੇ ਹਾਂ ਇਹਨਾਂ ਦੀ ਇੱਕ ਵੀਡੀਓ।
ਛੱਡ ਦੇ ਕੋਚਰ ਕਹਿਣਾ ਪੱਥਰ ਕੁੜੀਆਂ ਨੂੰ ਕਹਿ ਕੇ ਗੀਤ ਰੁਬਾਈ ਗਜ਼ਲ ਬੁਲਾਇਆ ਕਰ ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਵੰਡਦੇ ਨੇ ਫੁੱਲ ਤੇ ਕਲੀਆਂ ਦੋਵੇਂ ਮਹਿਕਾਂ ਵੰਡਦੇ ਨੇ ਦੋਹਾਂ ਦੀ ਹੀ ਕਦਰ ਬਰਾਬਰ ਪਾਇਆ ਕਰ ਖੂਬਸੂਰਤ ਬੋਲਾਂ ਦੇ ਮਲਿਕਾ ਡਾਕਟਰ ਕੋਚਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸ਼ੇਅਰ ਪੇਸ਼ ਕੀਤਾ ਹੈ ਤੇ ਅਸੀਂ ਹੁਣ ਜੋ ਸਵਾਲ ਪੁੱਛਾਂਗੇ ਹਾਂਜੀ ਜੀ ਮੈਂ ਡਾਕਟਰ ਕੋਚਰ ਤੁਹਾਨੂੰ ਸਭ ਤੋਂ ਪਹਿਲੇ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣੀ ਮੁੱਢਲੇ ਜੀਵਨ ਦੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਕਿ ਤੁਸੀਂ ਕਿਸ ਜਗ੍ਹਾ ਤੇ ਬਿਲੋਂਗ ਕਰਦੇ ਤੇ ਥੋੜਾ ਸ਼ਾਰਟ ਵਿੱਚ ਆਪਣੀ ਮੁੱਢਲੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਜੀ ਸਤਿੰਦਰ ਕਾਲੋ ਜੀ ਤੁਹਾਡੇ ਸਵਾਲ ਜਵਾਬ ਦੇਣ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਇਸ ਖੂਬਸੂਰਤ ਪ੍ਰੋਗਰਾਮ ਦੇ ਜਿਹੜੇ ਉਹਨੂੰ ਦੇਖ ਰਹੇ ਨੇ ਉਹਨੂੰ ਮਾਣ ਰਹੇ ਨੇ ਉਹਨਾਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਸੋਹਲ ਜੀ ਦਾ ਅਤੇ ਆਪਣਾ ਰੰਗ FM ਦੇ ਮੁਖੀ ਬਾਨੀ ਜਿਹੜੇ ਨੇ ਮੈਡਮ ਬਲਦੀਪ ਸੰਧੂ ਜੀ ਦਾ ਉਹਨਾਂ ਨਾਲ ਜੁੜੀ ਸਮੁੱਚੀ ਟੀਮ ਦਾ ਅਤੇ ਮੈਡਮ ਸਤਿੰਦਰ ਕਾਲੋ ਜੀ ਤੁਹਾਡਾ ਵੀ ਜਿਹਨਾਂ ਸਾਰਿਆਂ ਦੀ ਬਦੌਲਤ ਮੈਂ ਇਸ ਖੂਬਸੂਰਤ ਪ੍ਰੋਗਰਾਮ ਕਲਮਾਂ ਦੇ ਰੂਬਰੂ ਵਿੱਚ ਮੈਨੂੰ ਸ਼ਾਮਿਲ ਹੋਣ ਦਾ ਸੱਤ ਜਾਣਿਓ ਬਹੁਤ ਹੀ ਸੁਨਹਿਰੀ ਮੌਕਾ ਮਿਲਿਆ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੇ ਮੈਂ ਤੁਹਾਡੇ ਹੁਣ ਸਵਾਲ ਵੱਲ ਆਉਂਦੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਜਨਮ ਪੰਜਾਬ ਦੇ ਖੂਬਸੂਰਤ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਹੋਇਆ ਹੈ ਔਰ ਇੱਥੇ ਹੀ ਮੈਂ ਪੜ੍ਹੀ ਹਾਂ ਇੱਥੇ ਹੀ ਮੇਰਾ ਵਿਆਹ ਹੋਇਆ ਹੈ ਇੱਥੇ ਹੀ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ ਜਿਹੜਾ ਗਵਰਨਮੈਂਟ ਸੀਨੀਅਰ ਸੈਕੈਂਡਰੀ ਮਾਡਲ ਸਕੂਲ ਜਿਹੜਾ ਉਹਦੇ ਵਿੱਚ ਮੈਂ ਨੌਕਰੀ ਕੀਤੀ ਹੈ ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰਾ ਜਨਮ ਹੋਇਆ ਜਨਮ ਤੋਂ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਸੀ ਕਾਰਨ ਇਹ ਸੀ ਕਿ ਮੇਰੇ ਮਾਤਾ ਪਿਤਾ ਪਾਕਿਸਤਾਨ ਦੇ ਖੂਬਸੂਰਤ ਸ਼ਹਿਰ ਲਾਹੌਰ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਰਹਿੰਦੇ ਸੀ ਔਰ ਮੇਰੇ ਦਾਦਾ ਜੀ ਜਿਹੜੇ ਸੀ ਉੱਥੋਂ ਦੇ ਲਾਹੌਰ ਦੇ ਪਿੰਡ ਮਹਿੰਗਾ ਦੇ ਸਰਪੰਚ ਸਨ ਔਰ ਮੇਰਾ ਦਾਦਕਾ ਪਰਿਵਾਰ ਮਤਲਬ ਆਰਥਿਕ ਪੱਖੋਂ ਬਹੁਤ ਜ਼ਿਆਦਾ ਮਜ਼ਬੂਤ ਸੀ ਔਰ ਬਹੁਤ ਹੀ ਖੁਸ਼ਹਾਲ ਨਾਲ ਜੀ ਰਿਹਾ ਸੀ ਪਰਿਵਾਰ ਪਰ ਜਦੋਂ ਦੇਸ਼ ਦੀ ਵੰਡ ਹੋਈ ਤਾਂ ਵੰਡ ਦੌਰਾਨ ਜੋ ਨਸਲੀ ਦੰਗੇ ਹੋਏ ਉਹਨਾਂ ਵਿੱਚ ਮੇਰੇ ਦਾਦਾ ਤੇ ਦਾਦਾ ਜੀ ਦੋਨੋਂ ਹੀ ਨਸਲਿਆਂ ਜਿਹੜੇ ਨਸਲੀ ਦੰਗਿਆਂ ਦੇ ਸ਼ਿਕਾਰ ਹੋ ਗਏ ਔਰ ਮੇਰੇ ਮਾਤਾ ਪਿਤਾ ਮੇਰੀ ਭੈਣ ਇੱਕ 8-9 ਸਾਲ ਦੀ ਉਹਨੂੰ ਲੈ ਕੇ ਲੁਧਿਆਣੇ ਵਿੱਚ ਇੱਕ ਕਾਫਲੇ ਦੇ ਨਾਲ ਪਹੁੰਚੇ ਔਰ ਇੱਥੇ ਆ ਕੇ ਉਹ ਰਿਫਿਊਜੀ ਕੈਂਪ 'ਚ ਠਹਿਰੇ ਰੋਜ਼ੀ ਰੋਟੀ ਦਾ ਜੁਗਾੜ ਲੱਭਣ ਲੱਗੇ ਪਰ ਮੇਰੇ ਪਿਤਾ ਜੀ ਗ੍ਰੈਜੂਏਟ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਨੌਕਰੀ ਨਾ ਮਿਲੀ ਉਹਨਾਂ ਨੇ ਮੌਸਮ ਦੇ ਮੁਤਾਬਕ ਗਰਮੀਆਂ ਦੇ ਵਿੱਚ ਕੁਲਫੀਆਂ ਵੇਚੀਆਂ ਟੋਫੀਆਂ ਵੇਚੀਆਂ ਆਈਸਕ੍ਰੀਮ ਵੇਚੀ ਔਰ ਸਰਦੀਆਂ ਦੇ ਵਿੱਚ ਮੂੰਗਫਲੀ ਰਿਓੜੀ ਗੱਚਕ ਇਲਾਚੀਦਾਰ ਗੱਟਾ ਵਗੈਰਾ ਵੇਚਦੇ ਰਹੇ ਔਰ ਲਗਭਗ 5-6 ਸਾਲਾਂ ਤੋਂ ਬਾਅਦ ਉਹਨਾਂ ਨੂੰ ਇੱਕ ਆਰਤੀਏ ਕੋਲੋਂ ਬਹੁਤ ਅੱਛੀ ਨੌਕਰੀ ਮਿਲ ਗਈ ਤਾਂ ਮੇਰੇ ਮਾਤਾ ਜੀ ਬਹੁਤ ਹੀ ਉਦਮੀ ਸਨ ਸੰਜਮੀ ਸਨ ਉਹਨਾਂ ਨੇ ਵੀ ਪੈਸੇ ਜੋੜ ਜੋੜ ਕੇ ਇੱਕ ਸਿਲਾਈ ਮਸ਼ੀਨ ਲੈ ਲਈ ਲੋਕਾਂ ਦੇ ਕੱਪੜੇ ਸੀਣੇ ਸ਼ੁਰੂ ਕਰ ਦਿੱਤੇ ਅੱਜ ਵੀ ਯਾਦ ਹੈ ਕਿ ਮੈਂ ਪ੍ਰਾਈਮਰੀ ਸਕੂਲ 'ਚ ਪੜ੍ਹਦੀ ਸੀ ਆਪਣੇ ਮਹੱਲੇ 'ਚ ਆਮਨੀ ਮਹੱਲੇ 'ਚ ਤੀਜੀ ਜਮਾਤ 'ਚ ਪੜ੍ਹਦੀ ਸਾਂ ਤੇ ਮੇਰੇ ਮਾਤਾ ਜੀ ਨੇ ਮੈਨੂੰ ਸਵੇਰੇ 5 ਵਜੇ ਜਗਾ ਦੇਣਾ ਔਰ ਮੇਰੇ ਸਿਰ ਉੱਪਰ ਅਣਸੀਤ ਜਿਹੜੇ ਸੀਤੇ ਹੋਏ ਕੱਪੜਿਆਂ ਦੀ ਪੰਡ ਉਦੋਂ ਕੋਰੇ ਲੱਠੇ ਦੇ ਕੁੜਤੇ ਪਜਾਮੇ ਹੁੰਦੇ ਸੀ ਉਹ ਪੰਡ ਮੇਰੇ ਸਿਰ ਤੇ ਰੱਖਣੀ ਔਰ ਮੈਂ ਲੁਧਿਆਣਾ ਦੀ ਬੂਟਾ ਸ਼ਾਹ ਦੀ ਮੰਡੀ ਹੈ ਉਹਦੇ ਇੱਕ ਦਰਜੀ ਰਹਿੰਦਾ ਸੀ ਮੈਂ ਉਹ ਸਿਰ ਤੇ ਕੱਪੜਿਆਂ ਦੀ ਪੰਡ ਲੈ ਕੇ ਉਸ ਦਰਜੀ ਕੋਲ ਜਾਣਾ ਔਰ ਫਿਰ ਅਣਸੀਤੇ ਕੱਪੜੇ ਜਾਨੀ ਕੱਟੇ ਹੋਏ ਜਿਹੜੇ ਕੱਪੜੇ ਹੁੰਦੇ ਸੀ ਉਹ ਮੈਂ ਪੰਡ ਵਾਪਸ ਲੈ ਕੇ ਆਉਣੀ ਔਰ ਲਗਾਤਾਰ ਮੈਂ ਹਰ ਰੋਜ਼ 5 ਮੀਲ ਸਫ਼ਰ ਕਰਦੀ ਇਹ ਸਿਲਸਿਲਾ ਮੈਡਮ 8ਵੀਂ ਤੱਕ ਚੱਲਦਾ ਰਿਹਾ ਔਰ 8ਵੀਂ ਜਦੋਂ ਮੈਂ ਪਾਸ ਕਰ ਲਈ ਤਾਂ ਮੇਰੇ ਸਾਹਮਣੇ ਫਿਰ ਇੱਕ ਬਹੁਤ ਵੱਡੀ ਹੋਰ ਮੁਸੀਬਤ ਆਈ ਕਿ ਜਿਹੜੀ ਮੇਰੀ ਪੜ੍ਹਾਈ ਸੀਗੀ ਮੇਰੇ ਪਿਤਾ ਜੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਕੁੜੀਆਂ ਨੂੰ ਪੜ੍ਹਾਉਣ ਦੇ ਹੱਕ ਵਿੱਚ ਨਹੀਂ ਸਨ ਅੱਛਾ ਜੀ ਪਰ ਮੇਰੇ ਮਾਤਾ ਜੀ ਹਾਂਜੀ ਮੇਰੇ ਮਾਤਾ ਜੀ ਸਿਰਫ 5 ਮਾਤਾ ਪੜ੍ਹੇ ਹੋਏ ਸਨ ਉਹ ਚਾਹੁੰਦੇ ਸਨ ਕਿ ਕੁੜੀਆਂ ਜਿਹੜੀਆਂ ਦੋਨੋਂ ਮੇਰੀਆਂ ਬੇਟੀਆਂ ਪੜ੍ਹ ਜਾਣ ਆਪਣੇ ਪੈਰਾਂ ਤੇ ਖੜੀਆਂ ਹੋਣ ਤੇ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਮਨਾ ਲਿਆ ਜਿਸ ਕਰਕੇ ਮੈਂ ਗੌਰਮੈਂਟ ਗਰਲਸ ਹਾਈ ਸਕੂਲ ਲੱਕੜ ਬਾਜ਼ਾਰ ਤੋਂ 10ਵੀਂ ਪਾਸ ਕੀਤੀ ਫਿਰ ਮੈਂ ਜਗਰਾਓਂ ਤਹਿਸੀਲ ਹੈ ਲੁਧਿਆਣੇ ਦੀ ਉੱਥੇ ਮੈਂ ਬੇਸਿਕ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਮੈਂ JBT ਕੀਤੀ JBT 'ਚ ਮੈਂ ਮੈਡਮ ਦੋਨੋਂ ਸਾਲ ਮੈਰਿਟ 'ਚ ਆਈ ਉਦੋਂ 15 ਰੁਪਏ ਮਹੀਨਾ ਵਜ਼ੀਫਾ ਮਿਲਦਾ ਸੀ ਔਰ ਮੈਨੂੰ 2 ਸਾਲ ਦਾ ਵਜ਼ੀਫਾ ਮਿਲਿਆ
ਇੱਕ 360 ਰੁਪਏ। ਫਿਰ ਮੈਂ ਆਪਣੇ ਮਾਤਾ ਪਿਤਾ ਦੋਨਾਂ ਨੂੰ ਮਨਾਇਆ ਕਿ ਮੈਨੂੰ ਅੱਗੇ ਪੜ੍ਹਨ ਦਿਓ, ਮੈਂ ਉਚੇਰੀ ਸਿੱਖਿਆ ਹਾਸਲ ਕਰਨਾ ਚਾਹੁੰਦੀ ਹਾਂ। ਤਾਂ ਉਹਨਾਂ ਨੇ ਮੇਰੀ ਮੰਨ ਗਈ, ਤਾਂ ਉਹਨੇ ਮੈਨੂੰ ਗਵਰਨਮੈਂਟ ਜਿਹੜੇ ਕਾਲਜ ਫਾਰ ਵੁਮੈਨ ਲੁਧਿਆਣਾ ਉਹਦੇ ਵਿੱਚ ਮੈਂ ਪ੍ਰੈਪ ਵਿੱਚ ਦਾਖਲ ਹੋਈ, ਔਰ ਉੱਥੇ ਮੈਂ BA ਪਾਰਟ ਸੈਕੰਡਰੀ ਚੀਜ਼ ਪੜ੍ਹਦੀ ਸੀ ਕਿ ਮੇਰਾ ਵਿਆਹ ਹੋ ਗਿਆ। ਪਰ ਅੱਗੋਂ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਸੀ, ਤੇ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਹਸਬੈਂਡ ਨੇ, ਮੇਰੇ ਸਹੁਰੇ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ, ਜਿਸ ਕਰਕੇ ਮੈਂ ਗ੍ਰੈਜੂਏਸ਼ਨ ਪੂਰੀ ਕੀਤੀ, BEd ਕੀਤੀ, ਫਿਰ ਮੈਂ 3 MA ਕੀਤੀਆਂ, ਪੋਲੀਟੀਕਲ ਸਾਇੰਸ, ਹਿਸਟਰੀ, ਇੰਗਲਿਸ਼, ਤੇ ਮੈਂ ਨਾਲ LLB ਵੀ ਕੀਤੀ। ਤੇ ਉਸ ਤੋਂ ਬਾਅਦ ਜਿਹੜੀ ਮੇਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਗਵਰਨਮੈਂਟ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਵਿੱਚ ਮੇਰੀ ਜਿਹੜੀ ਜੋਬ ਲੱਗ ਗਈ। ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਸੰਘਰਸ਼ਮਈ ਜੀਵਨ ਤੁਹਾਡਾ। ਹਾਂਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਸੰਘਰਸ਼। ਮਤਲਬ ਕਿ ਇਹ ਗੱਲ ਇੱਕ ਮੰਨੀ ਹੋਈ ਗੱਲ ਹੈ ਕਿ ਜਦੋਂ ਕੋਈ ਵੀ ਕਰਮ ਪੂਰੀ ਲਗਨ, ਇਮਾਨਦਾਰੀ ਤੇ ਮਿਹਨਤ ਨਾਲ ਕੀਤਾ ਜਾਂਦਾ ਤਾਂ ਮੰਜ਼ਿਲ ਦੀ ਪ੍ਰਾਪਤੀ ਜ਼ਰੂਰ ਹੁੰਦੀ ਹੈ। ਤੇ ਇਹ ਸੱਚ ਜਿਹੜਾ ਸੀ ਤੁਹਾਡੇ ਤੇ ਪੂਰਾ ਟੁਕਦਾ ਹੈ ਕਿ ਜੇ ਤੁਹਾਨੂੰ ਇੱਕ ਅਧਿਆਪਕ ਦਾ ਕਾਰਜ ਦਿੱਤਾ ਗਿਆ ਤੇ ਤੁਸੀਂ ਉਹ ਵੀ ਪੂਰੀ ਆਪਣੀ ਤਨਦੇਹੀ ਨਾਲ ਨਿਭਾਇਆ, ਤੁਹਾਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲਿਆ, ਤੋਂ ਬਾਅਦ ਤੁਹਾਨੂੰ ਰਾਸ਼ਟਰ ਪੱਧਰ ਤੇ ਨੈਸ਼ਨਲ ਕੌਮੀ ਪੁਰਸਕਾਰ ਵੀ ਮਿਲਿਆ, ਤੇ ਬਹੁਤ ਸਾਰੇ ਤੁਹਾਨੂੰ ਪੁਰਸਕਾਰ ਆਪਣੇ ਅਧਿਆਪਨ ਕਾਲ ਚ ਮਿਲੇ। ਤੇ ਤੁਹਾਨੂੰ ਮਤਲਬ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਤੁਹਾਨੂੰ ਨੈਸ਼ਨਲ ਅਵਾਰਡ ਮਿਲਿਆ ਅਧਿਆਪਨ ਕਿੱਤੇ ਚ? ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਜਿਹੜੀ, ਚਾਹੇ ਕੋਈ ਵੀ ਅਧਿਆਪਕ ਹੈ, ਉਹ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਪੜ੍ਹਾਉਂਦਾ, ਜਾਂ ਅਸੀਂ ਹੁਣ ਸਾਹਿਤ ਵਿੱਚ ਕਰ ਰਹੇ ਹਾਂ, ਇਹ ਸੋਚ ਕੇ ਨਹੀਂ ਕਰਦੇ ਕਿ ਸਾਨੂੰ ਕੁਛ ਇਨਾਮ ਮਿਲੇ, ਪਰ ਜਦੋਂ ਤੁਹਾਡੇ ਵਿਦਿਆਰਥੀ ਤੁਹਾਡਾ ਸਤਿਕਾਰ ਕਰਦੇ ਨੇ ਉਹ ਬਹੁਤ ਵੱਡੇ ਇਨਾਮ ਹੁੰਦੇ ਨੇ। ਪਰ ਜਦੋਂ ਤੁਹਾਡੀ ਰਾਸ਼ਟਰੀ ਲੈਵਲ ਤੇ ਇੱਕ ਪਹਿਚਾਣ ਬਣਦੀ ਹੈ, ਇੰਝ ਲੱਗਦਾ ਕਿ ਤੁਹਾਡੇ ਜਿਹੜੇ ਕੰਮ ਦੀ ਰੈਕੋਗਨੀਸ਼ਨ ਹੋਈ ਹੈ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਕਿਹਾ ਕਿ ਮੈਂ ਬੱਚਿਆਂ ਨੂੰ ਬਿਲਕੁਲ ਬਹੁਤ ਮਿਹਨਤ, ਲਗਨ, ਇਮਾਨਦਾਰੀ, ਤਨਦੇਹੀ ਨਾਲ ਪੜ੍ਹਾਉਂਦੀ ਰਹੀ। ਪਰ ਮੈਡਮ, ਮੈਂ ਸਵੇਰੇ ਓਵਰ ਟਾਈਮ ਲੈਂਦੀ ਸੀ, ਦੁਪਹਿਰ ਤੋਂ ਬਾਅਦ ਵੀ, ਛੁੱਟੀ ਤੋਂ ਬਾਅਦ ਵੀ ਲੈਣਾ, ਔਰ ਈਵਨ ਜਦੋਂ ਦਸੰਬਰ ਦੀਆਂ ਛੁੱਟੀਆਂ ਆਉਣੀਆਂ ਜਾਂ ਗਰਮੀ ਦੀਆਂ ਛੁੱਟੀਆਂ ਆਉਣੀਆਂ ਤਾਂ ਮੈਂ ਹਮੇਸ਼ਾ ਸਕੂਲ ਚ ਓਵਰ ਟਾਈਮ ਲੈਂਦੀ ਸੀ ਵਿਦ ਪਰਮਿਸ਼ਨ ਆਫ ਪ੍ਰਿੰਸੀਪਲ। ਅੱਛਾ, ਮੇਰੇ ਸਕੂਲ ਦੇ ਵਿੱਚ, ਕਿਉਂਕਿ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਪੜ੍ਹਾਇਆ ਹੈ, ਇਸ ਲਈ ਮੇਰੇ ਕੋਲ ਵਾਈਸ ਚਾਂਸਲਰ ਦੇ ਬੱਚੇ ਵੀ ਪੜ੍ਹੇ ਨੇ, ਡੀਨ ਡਾਇਰੈਕਟਰ ਦੇ ਵੀ ਬੱਚੇ ਪੜ੍ਹੇ ਨੇ, ਔਰ ਫੋਰਥ ਕਲਾਸ ਇੰਪਲੋਈਜ਼ ਦੇ ਵੀ ਬੱਚੇ ਪੜ੍ਹੇ ਨੇ। ਇਸ ਕਰਕੇ ਜਿਹੜੇ ਮੈਰਿਟ ਵਾਲੇ ਆਉਣ ਵਾਲੇ ਬੱਚਿਆਂ ਨੂੰ ਮੈਂ ਅਲੱਗ ਟਾਈਮ ਦਿੰਦੀ ਸੀ, ਐਵਰੇਜ ਬੱਚਿਆਂ ਨੂੰ ਅਲੱਗ ਟਾਈਮ ਦਿੰਦੀ ਸੀ। ਤੇ ਅੱਜ ਇਹ ਕਾਰਨ ਹੈ ਕਿ ਮੈਡਮ, ਅੱਜ ਵੀ ਮੈਨੂੰ ਕਈ ਬੱਚੇ ਆਪਣੇ ਬੱਚਿਆਂ ਦੇ ਵਿਆਹ ਤੇ ਬੁਲਾ ਰਹੇ ਨੇ, ਔਰ ਜਦੋਂ ਮੇਰੀ ਮੈਰਿਜ ਐਨਵਰਸਰੀ ਹੁੰਦੀ ਹੈ ਜਾਂ ਮੇਰਾ ਬਰਥਡੇ ਹੁੰਦਾ ਤੇ ਮੈਨੂੰ ਵਧਾਈ ਦਿੰਦੇ ਨੇ, ਵਿਸ਼ ਕਰਦੇ ਨੇ, ਔਰ ਰੀਅਲੀ ਮੇਰੇ ਬੱਚੇ ਬਹੁਤ IAS PCS ਡਾਕਟਰ ਇੰਜੀਨੀਅਰ ਬਣੇ ਨੇ, ਕਿਉਂਕਿ ਮੈਂ ਆਪਣਾ ਜਿਹੜੀ ਇੰਗਲਿਸ਼ ਤੇ ਮੈਥ ਪੜ੍ਹਾਇਆ, ਮੈਥ ਮੇਰਾ ਸਬਜੈਕਟ ਨਹੀਂ ਸੀ ਪਰ ਮੈਨੂੰ ਦੇ ਦਿੱਤਾ ਗਿਆ ਕਿਉਂਕਿ ਕੋਈ ਟੀਚਰ ਨਹੀਂ ਸੀ। ਮੈਂ ਇੰਨੀ ਮਿਹਨਤ ਆਪ ਕੀਤੀ ਕਿ ਮੇਰੇ 8ਵੀਂ ਔਰ 10ਵੀਂ ਚ ਮੈਥ ਵਿੱਚ ਰਿਜ਼ਲਟ ਅੱਛੇ ਆਉਂਦੇ ਰਹੇ, ਔਰ ਮੈਂ ਮੈਡੀਕਲ, ਨਾਨ ਮੈਡੀਕਲ, ਕਮਰਸ ਦੀਆਂ ਕਲਾਸਿਸ ਨੂੰ ਪੜ੍ਹਾਇਆ, ਔਰ ਉਹ ਵੀ ਬੜੇ ਰਿਜ਼ਲਟ ਅੱਛੇ ਆਉਂਦੇ ਰਹੇ, 100% ਆਏ। ਕਿਉਂਕਿ ਤੁਹਾਡਾ ਆਪਣਾ ਜੀਵਨ ਬਹੁਤ ਸੰਘਰਸ਼ਮਈ, ਬੜੀ ਮੁਸ਼ਕਲਾਂ ਵਾਲਾ ਸੀ, ਇਸ ਲਈ ਤੁਸੀਂ ਦੂਸਰਿਆਂ ਦੇ ਦੁੱਖ ਦਰਦ ਨੂੰ ਸਮਝਿਆ। ਬਹੁਤ ਅੱਛਾ ਮੈਡਮ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਚਲੋ, ਤੁਹਾਡੇ ਕੰਮਾਂ ਬਦਲੇ ਤੁਹਾਡੀ ਰੈਕੋਗਨੀਸ਼ਨ ਹੋਈ, ਇਹ ਉਸ ਤੋਂ ਵੀ ਵਧੀਆ ਗੱਲ ਸੀ। ਹੁਣ ਆਉਂਦੇ ਤੁਹਾਡੇ ਸਾਹਿਤਕ ਖੇਤਰ ਵੱਲ, ਤੇ ਜਿਸ ਤਰ੍ਹਾਂ ਕਿ ਮੈਂ ਦੋਸਤੋ ਤੁਹਾਨੂੰ ਅੱਗੇ ਵੀ ਦੱਸਿਆ ਕਿ ਆਪਨੇ 14 ਕਿਤਾਬਾਂ ਸਾਹਿਤ ਦੀ ਝੋਲੀ ਚ ਪਾਈਆਂ ਨੇ। ਅਹਿਸਾਸ ਦੀ ਖੁਸ਼ਬੂ, ਅਹਿਸਾਸ ਦਾ ਸਫ਼ਰ, ਦੀਵਿਆਂ ਦੀ ਕਤਾਰ, ਅਹਿਸਾਸ ਦੀਆਂ ਰਿਸ਼ਮਾਂ, ਜਗ ਦੇ ਚਿਰਾਗ, ਬਹੁਤ ਸਾਰੀਆਂ ਮਤਲਬ ਕਿਤਾਬਾਂ ਜਿਹਦੇ ਵਿੱਚ ਗਜ਼ਲ ਸੰਗ੍ਰਹਿ ਵੀ ਨੇ, ਨਿਬੰਧ ਸੰਗ੍ਰਹਿ ਵੀ ਨੇ, ਕੁਛ ਅਨੁਵਾਦਿਤ ਕਿਤਾਬਾਂ ਨੇ, ਕੁਛ ਸੰਪਾਦਿਤ ਕਿਤਾਬਾਂ ਨੇ, ਤੇ 8 ਦਰਜਨ ਦੇ ਕਰੀਬ ਸਾਂਝੇ ਕਾਵਿ ਸੰਗ੍ਰਹਿ ਵਿੱਚ ਆਪ ਦੀਆਂ ਗਜ਼ਲਾਂ ਜਾਂ ਕਵਿਤਾਵਾਂ ਛਪੀਆਂ। ਇਸ ਤੋਂ ਬਾਅਦ ਆਪ 2-3 ਮੈਗਜ਼ੀਨਸ ਦੇ ਵੀ ਸੰਪਾਦਕ ਹੋ, ਤੇ ਬਹੁਤ ਸਾਰੇ ਆਪ ਖੋਜ ਪੱਤਰ ਵੀ ਹੁਣ ਤੱਕ ਪੜ੍ਹ ਚੁੱਕੇ ਹੋ, ਤੇ ਅਨੇਕਾਂ ਹੀ ਕਿਤਾਬਾਂ ਦੇ ਰਿਵਿਊ ਤੇ ਉਹਨਾਂ ਤੇ ਪੇਪਰ ਵੀ ਪੜ੍ਹ ਚੁੱਕੇ ਹੋ, ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਕੀ ਲਿਖਣਾ ਸ਼ੁਰੂ ਕੀਤਾ? ਹਾਂਜੀ, ਮੈਂ ਦੱਸਣਾ ਚਾਹਾਂਗੀ ਕਿ ਮੈਂ ਸਭ ਤੋਂ ਪਹਿਲਾਂ ਤਾਂ ਗੀਤ ਕਵਿਤਾਵਾਂ ਹੀ ਲਿਖਦੀ ਸੀ, ਕਿਉਂਕਿ ਮੈਨੂੰ ਜਿਹੜੀ ਲਿਖਣ ਦੀ ਗੁੜਤੀ ਸੀ ਨਾ ਮੈਮ, ਉਹ ਮੇਰੇ ਆਪਣੇ ਪਿਤਾ ਜੀ ਤੋਂ ਮਿਲੀ। ਮੇਰੇ ਪਿਤਾ ਜੀ ਉਰਦੂ ਦੇ ਔਰ ਪੰਜਾਬੀ ਦੇ ਬਹੁਤ ਵਧੀਆ ਨਾਮਵਰ ਸ਼ਾਇਰ ਸਨ, ਉਹ ਹਾਸ ਦੀਆਂ ਕਵਿਤਾਵਾਂ ਵੀ ਲਿਖਦੇ ਸਨ ਔਰ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ, ਔਰ ਉਹਨਾਂ ਨੇ ਆਪਣਾ ਮੇਲਾ ਆਨੰਦਪੁਰ ਸਾਹਿਬ ਦਾ ਜਿਹੜਾ ਇੱਕ ਮਹਾਂ ਕਾਵਿ ਸੰਗ੍ਰਹਿ ਲਿਖਿਆ,
ਜੀ ਔਰ ਜਦੋਂ ਹਰ ਸਾਲ ਆਨੰਦਪੁਰ ਸਾਹਿਬ ਹੋਲੇ ਮਹੱਲੇ ਦਾ ਮੇਲਾ ਲੱਗਣਾ ਤਾਂ ਉਹ ਜਿਹੜਾ ਸੀ ਉਹਨਾਂ ਦਾ ਮਹਾਂਕਵ ਕਾਰ ਸੰਗਤ ਦੇ ਛੋਟੇ ਛੋਟੇ ਵੋਲੀਅਮ ਭਾਗ ਜਿਹੜੇ ਸੀ ਕਿੱਸਿਆਂ ਦੇ ਰੂਪ ਤੇ ਉੱਥੇ ਸੈਂਕੜਿਆਂ ਦੀ ਗਿਣਤੀ ਚ ਵਿਕਦੇ ਸਨ। ਇਸ ਤਰ੍ਹਾਂ ਗੁੜਤੀ ਤਾਂ ਮੈਨੂੰ ਉਹਨਾਂ ਕੋਲ ਮਿਲੀ ਮੇਰੇ ਜਦੋਂ ਮੈਂ ਜਵਾਨ ਹੋਈ ਤਾਂ ਮੈਨੂੰ ਮੇਰਾ ਜਦੋਂ ਕਦੇ ਮਤਲਬ ਰੁੱਸ ਜਾਣਾ ਤੇ ਮੇਰੇ ਪਿਤਾ ਜੀ ਕਵਿਤਾਵਾਂ ਰੂਪੀ ਖਿਡੌਣਿਆਂ ਦੇ ਨਾਲ ਹੀ ਵਰਚਾਉਂਦੇ ਸਨ, ਰੁੱਸੀ ਹੋਈ ਨੂੰ ਮਨਾਉਂਦੇ ਸਨ, ਰੋਂਦੀ ਹੋਈ ਨੂੰ ਹਸਾਉਂਦੇ ਸਨ। ਤੇ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਸਮਝਦੀ ਹਾਂ ਕਿ ਉਹਨਾਂ ਦੀ ਜਿਹੜੀ ਲਿਖਣ ਦੀ ਸੀ ਕਲਾ ਇਹ ਮੇਰੇ ਅਵਚੇਤਨ ਮਨ ਰਹੀ ਮੇਰੇ ਪੇਕੇ ਪਰਿਵਾਰ ਤੋਂ ਇੱਕ ਦਾਜ ਦੇ ਰੂਪ ਚ ਸਹੁਰੇ ਪਰਿਵਾਰ ਚ ਪਹੁੰਚੀ। ਇਸ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਮੈਡਮ ਜਦੋਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਧਿਆਪਕ ਦੇ ਤੌਰ ਤੇ ਨੌਕਰੀ ਕਰ ਰਹੀ ਸਾਂ ਤਾਂ ਮੇਰੀ ਡਿਊਟੀ ਜਿਹੜੀ ਸੀ ਬੱਚਿਆਂ ਨੂੰ ਮੁਕਾਬਲੇ ਵੱਖ ਵੱਖ ਭਾਸ਼ਣ ਪ੍ਰਤੀਯੋਗਤਾ ਕਾਵਿ ਉਚਾਰਨ ਯਾਨੀ ਜਿੰਨੇ ਵੀ ਮੁਕਾਬਲੇ ਸੱਭਿਆਚਾਰਕ ਪ੍ਰਸ਼ਨੋਤਰੀ ਗਿੱਧਾ ਵਗੈਰਾ ਸਾਰਿਆਂ ਦੇ ਮੁਕਾਬਲੇ ਚ ਤਿਆਰੀ ਕਰਨ ਦੀ ਡਿਊਟੀ ਮੇਰੀ ਲੱਗੀ ਸੀ। ਤੇ ਇੱਕ ਦਿਨ ਸਤਿੰਦਰ ਮੈਡਮ ਜਦੋਂ ਮੇਰੀ ਡਿਊਟੀ ਲੱਗੀ ਤਾਂ ਆਜ਼ਾਦੀ ਦਾ ਮਤਲਬ ਜਿਹੜਾ ਤਿਉਹਾਰ ਨੇੜੇ ਸੀ ਸਾਡਾ ਜਿਹੜਾ ਪੁਰਬ ਯਾਨੀ 15 ਅਗਸਤ ਉਹਦੇ ਕਰਕੇ ਆਜ਼ਾਦੀ ਬਾਰੇ ਹੀ ਬੱਚਿਆਂ ਨੂੰ ਲਿਖਾਉਣਾ ਸੀ ਤਾਂ ਸ਼ਾਲਨੀ ਮਲਹੋਤਰਾ ਲੜਕੀ ਅੱਜ ਉਹ CA ਤੋਂ ਵੀ ਉੱਪਰ ਬਹੁਤ ਅੱਛੀ ਕੰਪਨੀ ਚ ਕੰਮ ਕਰ ਰਹੀ ਹੈ ਤੇ ਉਹ ਜਦੋਂ ਮੈਂ ਉਹਨੂੰ ਲਿਖਾਉਣਾ ਸ਼ੁਰੂ ਕੀਤਾ ਤੇ ਸੱਚ ਜਾਣਿਓ ਇਹ ਪਤਾ ਨੀ ਕਿੱਥੋਂ ਕਾਵ ਸਤਰਾ ਇੱਕ ਰੱਬ ਦੀ ਦਾਤ ਵਾਂਗ ਮੇਰੇ ਆਲੇ ਦੁਆਲੇ ਆਈਆਂ ਔਰ ਕਾਗਜ਼ ਤੇ ਹਿੱਕ ਤੇ ਲਿਖੀਆਂ ਗਈਆਂ ਜੀ। ਤੇ ਕਿਉਂਕਿ ਮੈਂ ਇਸ ਦੀ MA ਪਹਿਲਾਂ ਹੀ ਕੀਤੀ ਹੋਈ ਸੀਗੀ ਇਸ ਕਰਕੇ ਮੈਨੂੰ ਇਤਿਹਾਸ ਬਾਰੇ ਪਤਾ ਸੀ, ਆਪਣੇ ਮਾਂ ਬਾਪ ਤੋਂ ਦੇਸ਼ ਦੀ ਵੜ ਦਾ ਦੁੱਖ ਦਰਦ ਵੀ ਮੈਂ ਸੁਣਿਆ ਆਇਆ ਸੀ, ਇੱਕ ਉਹ ਲੜਕੀ ਅੱਛੀ ਬੁਲਾਰਾ ਵੀ ਸੀ। ਉਹ ਜਿਹੜੀਆਂ ਕਾਵ ਸਤਰਾਂ ਸਨ ਮੈਂ ਉਸ ਲੇਖ ਦੇ ਵਿੱਚ ਲੋੜ ਮੁਤਾਬਕ ਉਹ ਪਾਈਆਂ ਔਰ ਉਹ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਜਿਹੜਾ ਕੰਪੀਟੀਸ਼ਨ ਹੋਇਆ ਉਹਦੇ ਵਿੱਚ ਉਸ ਲੜਕੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਮੇਰਾ ਹੌਸਲਾ ਵਧਿਆ ਤੇ ਫਿਰ ਮੈਂ ਬਾਅਦ ਵਿੱਚ ਬਸ ਇਸ ਤਰ੍ਹਾਂ ਕਵਿਤਾਵਾਂ ਲਿਖਣ ਲੱਗ ਗਈ, ਗੀਤ ਲਿਖਣ ਲੱਗ ਗਈ, ਪਰ ਮੈਂ ਕਿਤੇ ਛਪਣ ਲਈ ਨਹੀਂ ਭੇਜਦੀ ਸੀ ਜੀ। ਤਾਂ ਇੱਕ ਫਿਰ ਮੇਰੀ ਖੁਸ਼ਕਿਸਮਤੀ ਕਹਿ ਲਓ ਕਿ ਮੇਰੇ ਸਕੂਲ ਦੇ ਵਿੱਚ ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਰਾਜ ਦੁਲਾਰ ਜੀ ਹਨ, ਉਹਨਾਂ ਨੂੰ ਮੈਂ ਗੱਲ ਕੀਤੀ ਕਿ ਇੱਦਾਂ ਮੈਂ ਜਦੋਂ ਤਿਆਰੀ ਵੀ ਕਰਾਉਂਦੀ ਸੀ ਹੁਣ ਮੈਂ ਕਵਿਤਾ ਗੀਤ ਲਿਖਦੀ ਹਾਂ ਤੇ ਉਹ ਮੈਂ ਕਿਤੇ ਛਪਣ ਨਹੀਂ ਭੇਜਦੀ, ਉਹ ਕਹਿੰਦੇ ਤੁਸੀਂ ਛਪਣ ਲਈ ਭੇਜੋ। ਉਹਨਾਂ ਦੀ ਹੱਲਾ ਸ਼ੇਰੀ ਕਰਕੇ ਮੈਂ ਜੱਗ ਬਾਣੀ ਨੂੰ ਜਿਹੜੀ ਉਹ ਦੋ ਆਪਣੀਆਂ ਕਵਿਤਾਵਾਂ ਭੇਜੀਆਂ ਔਰ ਪਹਿਲੇ ਹਫ਼ਤੇ ਹੀ ਮੈਗਜ਼ੀਨ ਦੇ ਸੈਕਸ਼ਨ ਚੋਂ ਲੱਗ ਰਹੀਆਂ, ਮੈਨੂੰ ਹੌਸਲਾ ਵਧਿਆ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਮੈਨੂੰ ਮਤਲਬ ਪਤਾ ਲੱਗ ਗਿਆ ਕਿ ਵੀ ਮੇਰੇ ਛਪਰੀਆਂ ਨੇ, ਮੈਂ ਕਵਿਤਾ ਗੀਤ ਲਿਖਦੀ ਲੇਖ ਬਹੁਤ ਲਿਖੇ ਆ ਤੇ ਉਹਦੀ ਮੇਰੀ ਫਾਈਲ ਵੀ ਪੂਰੀ ਭਰੀ ਹੋਈ ਆ। ਪਹਿਲੀ ਰਚਨਾ ਕੋਈ ਸਾਂਝੀ ਕਰੋ ਸਾਡੇ ਨਾਲ। ਹਾਂਜੀ ਮੈਂ ਰਚਨਾ ਤੁਹਾਨੂੰ ਸੁਣਾਉਣੀ ਚਾਹੁੰਦੀ ਹਾਂ, ਪਹਿਲੀ ਕਿਤਾਬ ਹੈ ਐਵਲੀ ਮੇਰੀ ਅਹਿਸਾਸ ਦੀ ਖੁਸ਼ੀ। ਹਾਂਜੀ ਇਹ ਗਜ਼ਲ ਸੰਗ੍ਰਹਿ, ਹਾਂਜੀ ਇਹ ਮੇਰਾ ਪਹਿਲਾ ਗਜ਼ਲ ਸੰਗ੍ਰਹਿ ਜਿਹੜਾ ਹੈ 2003 ਵਿੱਚ ਛਪਿਆ ਜੀ ਤੇ ਇਹ ਮੇਰੇ ਜੀ। ਇਹਦੇ ਚੋਂ ਕੋਈ ਰਚਨਾ ਆਪਣੀ ਸਾਂਝੀ ਕਰੋ। ਹਾਂ ਜਦੋਂ ਵੀ ਖਾਬ ਵਿੱਚ ਦਿਲਬਰ ਮੇਰਾ ਮਹਿਮਾਨ ਹੁੰਦਾ ਹੈ, ਜਦੋਂ ਵੀ ਖਾਬ ਵਿੱਚ ਦਿਲਬਰ ਮੇਰਾ ਮਹਿਮਾਨ ਹੁੰਦਾ ਹੈ, ਮੇਰੇ ਪੈਰਾਂ 'ਚ ਧਰਤੀ ਮੁੱਠ ਵਿੱਚ ਅਸਮਾਨ ਹੁੰਦਾ ਹੈ। ਬਹੁਤ ਖੂਬ ਬਹੁਤ ਖੂਬ। ਜਦੋਂ ਵੀ ਖਾਬ ਵਿੱਚ ਦਿਲਬਰ ਮੇਰਾ ਮਹਿਮਾਨ ਹੁੰਦਾ ਹੈ, ਮੇਰੇ ਪੈਰਾਂ 'ਚ ਧਰਤੀ ਮੁੱਠ ਵਿੱਚ ਅਸਮਾਨ ਹੁੰਦਾ ਹੈ, ਜਦੋਂ ਵੀ ਮਿਲ ਕੇ ਦੋ ਦਿਲ ਪਿਆਰ ਦੀ ਇੱਕ ਬਾਤ ਪਾਉਂਦੇ ਨੇ, ਜਦੋਂ ਵੀ ਮਿਲ ਕੇ ਦੋ ਦਿਲ ਪਿਆਰ ਦੀ ਇੱਕ ਬਾਤ ਪਾਉਂਦੇ ਨੇ, ਉਹਨਾਂ ਉੱਤੇ ਨਿਗਾਹਾਂ ਦਾ ਬੜਾ ਅਹਿਸਾਨ ਹੁੰਦਾ ਹੈ। ਸ਼ੇਰ ਦੇਖਣਾ ਸਤਿੰਦਰ ਜੀ, ਸ਼ੇਰ ਦੇਖਣਾ, ਸ਼ਬਦ ਗੁੱਸੇ 'ਚ ਬੋਲਣ ਲੱਗਿਆ ਇਹ ਯਾਦ ਰੱਖ ਲੈਣਾ, ਸ਼ਬਦ ਗੁੱਸੇ 'ਚ ਬੋਲਣ ਲੱਗਿਆ ਇਹ ਯਾਦ ਰੱਖ ਲੈਣਾ ਕਿ ਮੂੰਹੋਂ ਨਿਕਲਿਆ ਹਰ ਲਫ਼ਜ਼ ਅਗਨੀ ਬਾਨ ਹੁੰਦਾ ਹੈ। ਬਿਲਕੁਲ ਸ਼ੇਰ ਹੈ, ਅਸਰ ਕਰਦੇ ਨਹੀਂ ਹੰਝੂ ਕਦੇ ਪੱਥਰ ਦੀ ਸੀਲ ਉੱਤੇ, ਅਸਰ ਕਰਦੇ ਨਹੀਂ ਹੰਝੂ ਕਦੇ ਪੱਥਰ ਦੀ ਸੀਲ ਉੱਤੇ, ਤੇ ਪੱਥਰ ਉਹ ਹੈ ਜੋ ਅਹਿਸਾਸ ਤੋਂ ਅਣਜਾਣ ਹੁੰਦਾ ਹੈ। ਤੂੰ ਸ਼ੇਰ ਹੈ, ਬਣਾ ਦਿੰਦੇ ਹਾਂ ਆਪਾਂ ਹੀ ਉਹਨੂੰ ਹਿੰਦੂ ਜਾਂ ਸਿੱਖ ਮੁਸਲਿਮ। ਬਿਲਕੁਲ ਬਿਲਕੁਲ, ਬਣਾ ਦਿੰਦੇ ਹਾਂ ਆਪਾਂ ਹੀ ਉਹਨੂੰ ਹਿੰਦੂ ਜਾਂ ਸਿੱਖ ਮੁਸਲਿਮ, ਕਿ ਮਾਂ ਦੀ ਕੁੱਖ ਤੋਂ ਜੰਮਿਆ ਹਰ ਇਨਸਾਨ ਹੁੰਦਾ ਹੈ। ਬਹੁਤ ਖੂਬ। ਤੂੰ ਸ਼ੇਰ ਹੈ, ਨਫ਼ਾ ਜੋ ਪਾਲਦਾ ਕੋਚਰ ਹੈ ਸੁੱਚੇ ਪਿਆਰ ਵਿੱਚੋਂ ਵੀ, ਨਫ਼ਾ ਜੋ ਪਾਲਦਾ ਕੋਚਰ ਹੈ ਸੁੱਚੇ ਪਿਆਰ ਵਿੱਚੋਂ ਵੀ, ਉਹ ਪ੍ਰੇਮੀ ਹੋ ਨਹੀਂ ਸਕਦਾ ਸਿਆਸਤਦਾਨ ਹੁੰਦਾ ਹੈ, ਜਦੋਂ ਵੀ ਖਾਬ ਵਿੱਚ ਦਿਲਬਰ ਮੇਰਾ ਮਹਿਮਾਨ ਹੁੰਦਾ ਹੈ, ਮੇਰੇ ਪੈਰਾਂ 'ਚ ਧਰਤੀ ਮੁੱਠ ਵਿੱਚ ਅਸਮਾਨ ਹੁੰਦਾ। ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਡਾਕਟਰ ਕੋਚਰ। ਮੇਰੇ ਜ਼ਹਿਨ 'ਚ ਇੱਕ ਸਵਾਲ ਆ ਰਿਹਾ ਸੀ ਕਿ ਇੱਕ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤੇ ਤੁਹਾਨੂੰ ਕੋਈ ਸਮੱਸਿਆਵਾਂ ਆਈਆਂ ਹੋਣਗੀਆਂ, ਕੋਈ ਮੁਸ਼ਕਲ ਆਈਆਂ ਹੋਣਗੀਆਂ,
ਕਿਸ ਤਰ੍ਹਾਂ ਉਹਨਾਂ ਦਾ ਤੁਸੀਂ ਹੱਲ ਕੀਤਾ ਇਹ ਸਾਡੇ ਨਾਲ ਸਾਂਝਾ ਕਰੋ। ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ। ਉਸਦਾ ਕਾਰਨ ਇਹ ਸੀਗਾ ਕਿ ਜਦੋਂ ਮੈਂ ਪੰਜਾਬੀ ਸਾਹਿਤ ਅਕੈਡਮੀ ਤੇ ਜਾਣ ਲੱਗ ਗਈ, ਮੇਰੇ ਘਰਦਿਆਂ ਨੇ ਮੈਨੂੰ ਇਜਾਜ਼ਤ ਦਿੱਤੀ ਔਰ ਮੈਂ ਪੰਜਾਬੀ ਭਵਨ ਚ ਜਾਂਦੀ ਰਹੀ। ਉੱਥੋਂ ਦੀ ਮਹੀਨਾ ਵਾਰ ਜਿਹੜੀਆਂ ਮੀਟਿੰਗ ਹੁੰਦੀਆਂ ਸੀਗੀਆਂ ਸਾਰੀਆਂ ਸਿਹਤ ਸਭਾਵਾਂ ਦੀਆਂ, ਮੈਂ ਮੀਟਿੰਗ ਅਟੈਂਡ ਕਰਨੀਆਂ, ਆਪਣੀਆਂ ਜੋ ਲਿਖ ਕੇ ਲੈ ਕੇ ਜਾਣਾ ਉਹ ਮੈਂ ਸੁਣਾਉਣਾ। ਤੇ ਉਸ ਵੇਲੇ ਗਜ਼ਲ ਮੰਚ ਦੇ ਸਾਡੇ ਪ੍ਰਧਾਨ ਹੁੰਦੇ ਸੀਗੇ, ਬਹੁਤ ਉਸਤਾਦ ਗਜ਼ਲ ਕੋ ਅਜਾਇਬ ਚਿੱਤਰਕਾਰ ਜੀ। ਉਹਨਾਂ ਨੇ ਕਿਹਾ ਬੀਬਾ ਤੁਸੀਂ ਤਾਂ ਬਹੁਤ ਅੱਛਾ ਲਿਖਦੇ ਹੋ ਵੀ ਗਜ਼ਲ ਜਿਹੜੀ ਹੈ ਉਹ ਤੋਂ ਜਦੋਂ ਉਹਨਾਂ ਨੇ ਸੁਣਦੀ ਰਹੀ ਤਾਂ ਮੈਨੂੰ ਗਜ਼ਲ ਲਿਖਣ ਦਾ ਬੜਾ ਜ਼ਿਆਦਾ ਸ਼ੌਕ ਪੈਦਾ ਹੋ ਗਿਆ। ਤਾਂ ਉਹ ਜਦੋਂ ਮੈਂ ਆਪਣੇ ਹਸਬੈਂਡ ਨੂੰ ਆ ਕੇ ਦੱਸਿਆ ਜਾਂ ਆਪਣੇ ਘਰ ਦੱਸਿਆ, ਮੇਰੇ ਬੱਚੇ ਜਿਹੜੇ ਨੇ ਉਹ ਛੋਟੇ ਛੋਟੇ ਬੱਚੇ ਵੀ ਮੇਰੇ ਮਤਲਬ ਖੰਭ ਬਣੇ ਕਿ ਨਹੀਂ ਮੰਮਾ ਤੁਸੀਂ ਲਿਖਿਆ ਕਰੋ, ਤੁਸੀਂ ਜਾਇਆ ਕਰੋ, ਤੁਸੀਂ ਮਤਲਬ ਇਸ ਕਰਕੇ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ। ਸਗੋਂ ਮੈਂ ਆਪਣੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਰਹੀ, ਆਪਣਾ ਪਾਤਰ ਸਾਹਿਬ ਦੀਆਂ, ਡਾਕਟਰ ਜਗਤਾਰ ਨੂੰ ਪੜ੍ਹਿਆ, ਪ੍ਰੋਫੈਸਰ ਗੁਰਭਜਨ ਗਿੱਲ ਜੀ ਨੂੰ ਪੜ੍ਹਿਆ, ਪ੍ਰੋਫੈਸਰ ਮੋਹਨ ਸਿੰਘ ਜੀ ਨੂੰ ਪੜ੍ਹਿਆ ਤੇ ਹੋਰ ਮੈਂ ਉਹਦੇ ਮਤਲਬ ਸਿਰਫ ਗਜ਼ਲਾਂ ਜਾਂ ਕਵਿਤਾਵਾਂ ਦੀਆਂ ਕਿਤਾਬਾਂ ਹੀ ਨਹੀਂ ਪੜ੍ਹੀਆਂ ਬਲਕਿ ਮੈਂ ਨਾਵਲਕਾਰਾਂ ਨੂੰ ਵੀ ਪੜ੍ਹਿਆ ਹੈ, ਕਹਾਣੀਕਾਰਾਂ ਨੂੰ ਵੀ ਪੜ੍ਹਿਆ ਜੀ। ਕਿਉਂਕਿ ਇੱਕ ਅੱਛਾ ਲੇਖਕ ਤਾਂ ਹੀ ਬਣ ਸਕਦਾ ਮੇਰੇ ਆਪਣੇ ਖਿਆਲ ਮੁਤਾਬਕ ਕਿ ਜੇ ਉਹ ਬਹੁਤ ਪੜ੍ਹਦਾ ਹੋਵੇ, ਪੜ੍ਹਨ ਨਾਲ ਸਾਨੂੰ ਬਹੁਤ ਕੁਝ ਗਿਆਨ ਚ ਵਾਧਾ ਹੁੰਦਾ ਹੈ। ਚਲੋ ਆਪਣੇ ਵੀ ਦਿਮਾਗ ਦੀ ਉਪਜ ਹੁੰਦੀ ਹੈ ਸ਼ਬਦ ਹਰਕ ਦੀ, ਪਰ ਪੜ੍ਹਨ ਦੇ ਨਾਲ ਸਾਡੇ ਗਿਆਨ ਚ ਵਾਧਾ ਹੁੰਦਾ ਹੈ। ਜਿੰਨਾ ਅਸੀਂ ਜ਼ਿਆਦਾ ਪੜ੍ਹਦੇ ਹਾਂ ਸਾਡਾ ਓਨਾ ਹੀ ਜਿਹੜਾ ਗਿਆਨ ਵਾਧਾ ਹੁੰਦਾ ਹੈ। ਬਹੁਤ ਮਤਲਬ ਅਸੀਂ ਵਧੀਆ ਤਰੀਕੇ ਨਾਲ ਆਪਣੀ ਵੀ ਕੋਈ ਲਿਖੀ ਹੋਈ ਸੋਚੀ ਹੋਈ ਗੱਲ ਨੂੰ ਸਿੱਖ ਸਕਦੇ ਹਾਂ। ਹਾਂਜੀ ਬਿਲਕੁਲ ਬਿਲਕੁਲ। ਤੇ ਬਹੁਤ ਅੱਛਾ ਬਈ ਤੁਹਾਨੂੰ ਕੋਈ ਮੁਸ਼ਕਿਲਾਂ ਨਹੀਂ ਪਈਆਂ, ਕਿਉਂਕਿ ਅੱਜ ਕੱਲ ਦੇ ਸਮੇਂ ਚ ਤੇ ਬਹੁਤ ਜ਼ਿਆਦਾ ਹੀ ਮੁਸ਼ਕਿਲਾਂ ਆਉਂਦੀਆਂ ਨੇ, ਖਾਸ ਕਰ ਔਰਤ ਨੂੰ। ਤੇ ਤੁਸੀਂ ਉਸ ਤੋਂ ਬਾਅਦ ਤੁਹਾਡੀ ਜਿਹੜੀ ਕਿਤਾਬ ਸੀ ਅਹਿਸਾਸ ਦਾ ਸਫ਼ਰ, ਉਹ ਵੀ ਗਜ਼ਲ ਸੰਗ੍ਰਹਿ। ਹਾਂਜੀ ਹਾਂਜੀ, ਉਹ ਵੀ ਅਹਿਸਾਸ ਦਾ ਸਫ਼ਰ ਵੀ ਗਜ਼ਲ ਸੰਗ੍ਰਹਿ ਮੇਰਾ, ਇਹ 2005 ਵਿੱਚ ਛਪਿਆ। ਔਰ ਪਹਿਲੇ ਗਜ਼ਲ ਸੰਗ੍ਰਹਿ ਦੇ ਨਾਲ ਹੀ ਮੈਂ ਜਿਹੜੇ ਵਧੀਆ ਜਿਹੜੀਆਂ ਗਜ਼ਲ ਸੰਗ੍ਰਹਿ ਛਪੇ ਸੀ ਉਹਨਾਂ ਦੇ ਨਾਲ ਮੈਨੂੰ ਉਸ ਜਗ੍ਹਾ 'ਚ ਮੇਰਾ ਸ਼ੁਮਾਰ ਹੋ ਗਿਆ ਔਰ ਸਨਮਾਨਯੋਗ ਮੈਨੂੰ ਸਥਿਤੀ ਮਿਲ ਗਈ। ਔਰ ਇਸ ਦੇ ਨਾਲ ਮੇਰਾ ਸਫ਼ਰ ਅੱਗੇ ਵਧਿਆ ਔਰ ਪਾਤਰ ਜੀ ਨੇ ਇਹਦੇ ਬਾਰੇ ਬਹੁਤ ਬਹੁਤ ਵਧੀਆ ਲਿਖਿਆ ਕਿ ਇਸ ਨੇ ਮਤਲਬ ਬਾ ਕਮਾਲ ਲਿਖੀਆਂ ਨੇ ਗਜ਼ਲਾਂ। ਸੋ ਮੈਨੂੰ ਹੌਸਲਾ ਬਹੁਤ ਮਿਲਿਆ ਹੈਗਾ ਆਪਣੇ ਵੱਡੇ ਵੱਡੇ ਸਾਹਿਤਕਾਰਾਂ ਵੱਲੋਂ। ਬਿਲਕੁਲ ਜੀ, ਅਗਰ ਕੋਈ ਤੁਹਾਡੀ ਹੌਸਲਾ ਅਫਜ਼ਾਈ ਕਰੇ, ਕੁਝ ਸ਼ਬਦ ਤੁਹਾਡੇ ਲਈ ਦੇ ਤੇ ਤੁਹਾਡੇ ਲਈ ਪ੍ਰੇਰਨਾ ਸਰੋਤ ਹੋ ਜਾਂਦੇ ਆ ਤੇ ਤੁਹਾਨੂੰ ਹੋਰ ਜ਼ਿਆਦਾ ਅੱਗੇ ਲਿਖਣ ਦੇ ਹੱਲਾ ਸ਼ੇਰੀ ਮਿਲਦੀ ਹੈ। ਤੁਸੀਂ ਇਹਦੇ ਚੋਂ ਕੁਝ ਚੰਦ ਸ਼ੇਅਰ ਆਪਣੇ ਕਰੋ ਸਾਡੇ। ਹਾਂਜੀ ਮੈਂ ਸੁਣਾਉਂਦੀ ਕੁਝ ਸ਼ੇਅਰ। ਸੋ ਗਜ਼ਲ ਦਾ ਮਤਲਬ ਹੈ, ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ। ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਝੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ। ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਝੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ। ਜ਼ਮੀਨਾਂ ਨਾਲ ਨਾ ਜਾਣਾ ਇਹ ਲੋਕੀ ਭੁੱਲ ਜਾਂਦੇ ਨੇ, ਜ਼ਮੀਨਾਂ ਨਾਲ ਨਾ ਜਾਣਾ ਇਹ ਲੋਕੀ ਭੁੱਲ ਜਾਂਦੇ ਨੇ, ਜੋ ਖੇਡਣ ਖੂਨ ਦੀ ਹੋਲੀ ਸਦਾ ਚੱਪਾ ਕੁ ਥਾਂ ਬਦਲੇ। ਤੇ ਸ਼ੇਰ ਦੇਖਣਾ, ਬਰਫ਼ ਬਣ ਕੇ ਨਦੀ ਬਣ ਕੇ ਘਟਾ ਬਣ ਕੇ ਵੀ ਆਉਂਦਾ ਹੈ, ਬਰਫ਼ ਬਣ ਕੇ ਨਦੀ ਬਣ ਕੇ ਘਟਾ ਬਣ ਕੇ ਵੀ ਆਉਂਦਾ ਹੈ, ਤੇ ਆਏ ਥਲ ਤੇਰੀ ਖਾਤਰ ਤਾਂ ਪਾਣੀ ਨੇ ਵੀ ਨਾ ਬਦਲੇ। ਸ਼ੇਰ ਹੈ, ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਿਕ ਕਦੇ ਜੋਗੀ, ਕਦੇ ਤੀਦੋ ਕਦੇ ਰਾਂਝਾ ਕਦੇ ਆਸ਼ਿਕ ਕਦੇ ਜੋਗੀ, ਅਨੇਕਾਂ ਰੂਪ ਬਦਲੇ ਉਸਨੇ ਹੀਰੇ ਤੇਰੀ ਹਾਂ ਬਦਲੇ। ਤੋ ਰਹੇਗਾ ਨਾਮ, ਰਹੇਗਾ ਨਾਮ ਉਹਨਾਂ ਦਾ ਅਮਰ ਇਤਿਹਾਸ ਦੇ ਅੰਦਰ, ਰਹੇਗਾ ਨਾਮ ਉਹਨਾਂ ਦਾ ਅਮਰ ਇਤਿਹਾਸ ਦੇ ਅੰਦਰ, ਜਿਨ੍ਹਾਂ ਨੇ ਜਾਨ ਦੇ ਦਿੱਤੀ ਪਿਆਰੀ ਧਰਤ ਮਾਂ ਬਦਲੇ। ਮੇਰੇ ਕੰਨਾਂ ਨੂੰ ਆਪਣੇ ਜੀਣ ਦਾ ਅਹਿਸਾਸ ਹੋ ਜਾਏ, ਮੇਰੇ ਕੰਨਾਂ ਨੂੰ ਆਪਣੇ ਜੀਣ ਦਾ ਅਹਿਸਾਸ ਹੋ ਜਾਏ, ਤੇਰੇ ਦੋ ਬੋਲ ਸੁਣ ਜਾ ਮਨ ਜਕੋਚਰ ਚੁੱਪ ਚਾਂ ਬਦਲੇ। ਬੜੀ ਹੀ ਧੁੱਪ ਸਹਾਰੀ ਹੈ ਅਸਾਂ ਪਿੱਪਲ ਦੀ ਛਾਂ ਬਦਲੇ, ਕਈ ਇਨਕਾਰ ਝੋਲੀ ਪਾ ਲਏ ਇੱਕ ਤੇਰੀ ਹਾਂ ਬਦਲੇ, ਇੱਕ ਤੇਰੀ ਹਾਂ ਬਦਲੇ। ਸ਼ੁਕਰੀਆ। ਆਪਦਾ ਹਰ ਸ਼ੇਅਰ ਇੱਕ ਸੁਨੇਹਾ ਦਿੰਦਾ ਤੇ ਮਨੁੱਖੀ ਕਦਰਾਂ ਕੀਮਤਾਂ ਤੇ ਵੀ ਪਹਿਰਾ ਦਿੰਦਾ ਹੈ ਤੇ ਸਮਾਜ ਨੂੰ ਸੇਧ ਵੀ ਮਿਲਦੀ ਹੈ। ਹਰ ਤਰ੍ਹਾਂ ਦੇ ਸ਼ੇਅਰ ਲਿਖੇ, ਮਤਲਬ ਹਰ ਤਰ੍ਹਾਂ ਤਰ੍ਹਾਂ ਦੇ ਸੰਦੇਸ਼ ਸੀ। ਉਸ ਤੋਂ ਬਾਅਦ ਤੁਸੀਂ ਕੋਈ ਕਾਵਿ ਸੰਗ੍ਰਹਿ ਵੀ ਲਿਖਿਆ ਕਿ ਸਾਰੇ ਗਜ਼ਲ ਸੰਗ੍ਰਹਿ ਨੇ ਕੁਛ ਜੀ ਤੁਹਾਡੇ? ਨਹੀਂ ਮੇਰੇ, ਕਿਉਂਕਿ ਮੈਡਮ ਕਵਿਤਾਵਾਂ ਮੇਰੀਆਂ ਬਹੁਤ ਲਿਖੀਆਂ ਪਈਆਂ ਨੇ, ਗੀਤ ਲਿਖੇ ਪਏ ਨੇ,
ਪਰ ਮੇਰੀ ਹਲੇ ਕਿਤਾਬ ਨਹੀਂ ਮੈਂ ਛਪਾਈ ਹੈਗੀ, ਇਸ ਤਰ੍ਹਾਂ ਧਾਰਮਿਕ ਕਵਿਤਾਵਾਂ ਦੀ ਪੂਰੀ ਇੱਕ ਕਿਤਾਬ ਬਣਦੀ ਹੈ, ਅੱਛਾ ਜੀ, ਇਸੇ ਤਰ੍ਹਾਂ ਹੀ ਮਤਲਬ ਮੈਂ ਗਜ਼ਲ ਮੇਰਾ ਖੁਰਾਕ ਬਣ ਗਈ ਹੈ ਸਰ। ਮੈਂ ਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਗਜ਼ਲ ਵਿਦਾ ਨੂੰ ਹੀ ਕਿਉਂ ਚੁਣਿਆ, ਕਿਉਂ ਇਹ ਤੁਹਾਡੀ ਖਾਸ ਵਿਦਾ ਕਿਵੇਂ ਬਣ ਗਈ? हाँ जी, तुम बिलकुल सही कह गया कि मैं पहला गीत लिखती सी, जड़ी सी कवितावां लिखती सा, और मैं बहुत ज्यादा जड़े ने वो लेख लिखे सी। थोड़ा जो मैं तुम्हें दिखाना चाहवागी कि एडी वड्डी फाइल जड़ी है सारी मेरी है, देखो तुसी ये परी जड़े के हले अनपब्लिश्ड ने सारी पूरी दी पूरी फाइल। अच्छा, सारे जड़े ने अखबारां विच, न्यूज़पेपर दे विच, अखबारां विच, कोई पंजाबी ट्रिब्यून, नवां ज़माना, जीत, मतलब सारिया दे विच, जगबाणी, सारिया च मेरे लिखे हुए ने सारे, अजीत भी, तो देखो बहुत ही भरे पे ने। मैं लेख भी बहुत लिखती सी, पर गजल मैनू लिखना बहुत ही वधिया लिखदा लगदा सीगा। गजल सुनना, पढ़ना, लिखना मेरी रूह की खुराक बन गया, और मैं इस करके ही अपना जैव चित्रकार जी जो मैनू उन्होंने बड़ा उत्साहित किया, तो मैं गजल बारे, उहदी शिल्प शिल्पकारी बारे बहुत किताबा पढ़िया, और मैनू उर्दू दे श्रोमणी साहित्यकार सरदार पंछी जी ने बरीकियां समझाइया। और गजल जिहड़ा मैं क्यों चुनी, उहदा कारण इह सी मैडम, गजल दे विच असी इह दुनिया दे जिन्ने भी काव्य रूप ने उहना सब तों इक विलक्खण काव्य रूप है जिहड़ा इक समें ते खंडित भी है, खंडित भी है, भाव कि इहदा हर शेयर मुकम्मल हुंदा है, आजाद हुंदा है। असी इक शेयर भी बोल सकते हैं किते, कोई भाषण देना भी इक दो शेयर, जिवें तुसीं शुरुआत जिहड़ी है शेयरां नाल कीती है जी, ਤੇ ਅਸੀਂ ਮੁਸਲਸਲ ਗਜ਼ਲ ਵੀ ਲਿਖ ਸਕਦੇ ਹਾਂ ਇੱਕ ਵਿਸ਼ੇ ਤੇ। ਸੋ ਇਦੋਂ ਤਾਂ ਵਧੀਆ ਕੋਈ ਹੋਰ ਮਤਲਬ ਕਵਿਤਾ ਦਾ ਰੂਪ ਮੈਨੂੰ ਨਾ ਲੱਗਿਆ। ਹਾਲੇ ਮੈਂ ਗੀਤ ਬਹੁਤ ਲਿਖ ਰਹੇ, ਗਾਇਕਾਂ ਨੇ ਵੀ ਗਾਏ ਨੇ, ਪਰ ਮੈਨੂੰ ਗਜ਼ਲ ਲਿਖਣਾ ਇਸ ਕਰਕੇ ਵੀ ਬਹੁਤ ਅੱਛਾ ਲੱਗਿਆ ਕਿ ਇੱਕ ਗਜ਼ਲ ਦੇ ਵਿੱਚ ਆਪਾਂ ਬੜੇ ਸਾਰੇ ਸ਼ੇਅਰ ਲੈ ਸਕਦੇ ਹਾਂ, ਬੜੇ ਸਾਰੇ ਵਿਸ਼ੇ ਲੈ ਸਕਦੇ ਹਾਂ, ਤੇ ਘੱਟ ਤੋਂ ਘੱਟ ਗਜ਼ਲ 'ਚ 5 ਸ਼ੇਅਰ ਹੋਣੇ ਚਾਹੀਦੇ ਨੇ, ਪਰ ਵੱਧ ਤੋਂ ਵੱਧ ਤੁਸੀਂ ਸੈਂਕੜੇ ਵੀ ਲੈ ਸਕਦੇ ਹੋ, ਔਰ ਮੇਰੀ ਗਜ਼ਲਾਂ ਦੇ ਵੀ 21-25-30 ਤੱਕ ਵੀ ਸ਼ੇਅਰ ਹੈਗੇ ਨੇ ਇੱਕ ਗਜ਼ਲ ਵਿੱਚ। ਸੋ ਇੱਦਾਂ ਇਹ ਜਿਹੜੀ ਹੈ ਇੱਕ ਬਹੁਤ ਸਾਡੀ ਵੱਡੀ ਮਤਲਬ ਖੁੱਲ ਹੈ, ਪਰ ਕਿਸੇ ਵੀ ਕਾਵਿ ਰੂਪ ਵਿੱਚ ਏਡੀ ਵੱਡਾ ਨਹੀਂ ਹੈ ਕਿ ਤੁਸੀਂ ਹਰ ਇੱਕ ਵਿਸ਼ਾ ਜਿਹੜਾ ਇੱਕ, ਜੇ ਗੀਤ ਲਿਖੋਗੇ ਇੱਕ ਵਿਸ਼ੇ ਤੇ ਲਿਖੋਗੇ ਹੈ ਨਾ, ਉਹਦਾ ਕਾਫੀ ਜਗ੍ਹਾ, ਤੇ ਇਸੇ ਤਰ੍ਹਾਂ ਜੇ ਕਵਿਤਾ ਲਿਖੋਗੇ ਤਾਂ ਵੀ ਕੁਛ ਜੀ ਕਿਹਾ ਗਿਆ ਨਾ ਕਿ ਜਿਹੜੀ ਗਜ਼ਲ ਵੇਦਾ ਸਭ ਤੋਂ ਮੁਸ਼ਕਿਲ ਹੈ, ਕਵਿਤਾ ਜਾਂ ਇਹ ਗਜ਼ਲ ਥੋੜੀ ਮੁਸ਼ਕਿਲ ਚੀਜ਼ ਹੈ ਲਿਖਣੀ, ਕਿਉਂਕਿ ਇਹਦੇ ਵਿੱਚ ਕੁਝ ਨਿਯਮ ਵੀ ਹੁੰਦੇ ਨੇ ਜਿਨ੍ਹਾਂ ਦੇ ਨਾਲ ਬਹਿਰ ਮੁਤਾਬਕ ਜਿਹੜਾ ਹੁੰਦਾ ਹੈ, ਤੇ ਇਸੇ ਲਈ ਮੈਂ ਤੁਹਾਨੂੰ ਪੁੱਛ ਰਹੀ ਕਿ ਤੁਸੀਂ ਗਜ਼ਲ ਨੂੰ ਚੁਣਿਆ ਹੈ? ਹਾਂਜੀ, ਗਜ਼ਲ ਚੁਣਿਆ ਕਿਉਂਕਿ ਮੈਨੂੰ ਜਦੋਂ ਮੇਰੇ ਰੂਹ ਦੀ ਖੁਰਾਕ ਸੀਗੀ, ਤੇ ਇਸ ਕਰਕੇ ਮੈਨੂੰ ਗਜ਼ਲ ਪੜ੍ਹਨ ਸੁਣਨਾ, ਤੇ ਮੇਰਾ ਜਿਹੜਾ ਸ਼ੇਅਰ ਹੈ ਨਾ ਮੈਡਮ, ਇੱਕੋ ਆਮਦ ਦਾ ਸ਼ੇਅਰ ਆਉਂਦਾ, ਔਰ ਜਦੋਂ ਅੰਦਰ ਸ਼ੋਰ ਪੈਂਦਾ ਤਾਂ ਮੈਂ ਦੇਖਿਆ ਵੀ ਹੈਗਾ ਵੇ ਕਿ ਵੀ ਮੈਂ ਜਦੋਂ ਲਿਖਦੀ ਹਾਂ ਨਾ, ਇੱਕ ਦਿਨ ਜਦੋਂ ਸ਼ਬਦਾਂ ਦਾ ਮਨ ਵਿੱਚ ਉੱਠ ਰਿਹਾ ਤੂਫਾਨ ਸੁਣਦੀ ਹਾਂ, ਜਦੋਂ ਸ਼ਬਦਾਂ ਦਾ ਮਨ ਵਿੱਚ ਉੱਠ ਰਿਹਾ ਤੂਫਾਨ ਸੁਣਦੀ ਹਾਂ, ਗਜ਼ਲ ਦੇ ਵਾਸਤੇ ਮੈਂ ਰੱਬ ਦਾ ਫਰਮਾਨ ਸੁਣਦੀ ਹਾਂ, ਮੇਰੇ ਕੋਮਲ ਦੇ ਦਿਲ ਤੇ, ਮੇਰੇ ਕੋਮਲ ਜਿਹੇ ਦਿਲ ਤੇ ਨਾ ਪੁੱਛੋ ਬੀਤਦੀ ਕੀ ਹੈ ਜੀ, ਮੇਰੇ ਕੋਮਲ ਜਿਹੇ ਦਿਲ ਤੇ ਨਾ ਪੁੱਛੋ ਬੀਤਦੀ ਕੀ ਹੈ, ਜਦੋਂ ਬਾਜ਼ਾਰ ਵਿੱਚ ਵਿਕਦਾ ਹੋਇਆ ਈਮਾਨ ਸੁਣਦੀ ਹਾਂ। ਸੋ ਇੱਦਾਂ ਜਿਹੜੇ ਜਦੋਂ ਮੈਂ ਆਲੇ ਦੁਆਲੇ ਕੁਛ ਗਲਤ ਵਾਪਰਦਾ ਦੇਖਦੀ ਹਾਂ, ਤੇ ਮੈਡਮ ਫਿਰ ਮੇਰਾ ਨਾ ਅੰਦਰੋਂ ਆਪਣੇ ਆਪ ਹੀ ਗਜ਼ਲ ਦਾ ਸ਼ੇਰ ਜਿਹੜਾ ਬਣ ਕੇ ਆਉਂਦਾ, ਔਰ ਬੈਰ ਤਾਂ ਮੈਨੂੰ ਪਤਾ ਹੀ ਹੁੰਦੀ ਵੀ ਇਹ ਕਿਹੜੀ ਬੈਰ 'ਚ ਆਇਆ, ਕਿਹੜੇ ਰੁਕਨ 'ਚ ਆਇਆ, ਕਿਉਂਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ, ਔਰ ਮੈਨੂੰ ਮਤਲਬ ਸਰਦਾਰ ਪੰਛੀ ਜੀ ਨੇ ਜਾਣਕਾਰੀ ਵੀ ਦਿੱਤੀ ਹੈ ਜੀ। ਇਹਦਾ ਮਤਲਬ ਕਿ ਤੁਸੀਂ ਗਜ਼ਲ ਦੇ ਖੇਤਰ ਚ ਗੁਰੂ ਆਪਣੇ ਆਪਣਾ ਜਿਹੜਾ ਪੰਛੀ ਜੀ ਨੂੰ ਵੀ ਮੰਨਦੇ? ਪੂਰਾ ਐਸਟੈਬਲਿਸ਼ਡ ਹੋ ਚੁੱਕੀ ਹੈ, ਮਤਲਬ ਮੈਨੂੰ ਬਹੁਤ ਸਾਰੇ ਉਸਤਾਦ ਵੀ ਕਹਿੰਦੇ, ਪਰ ਮੈਂ ਉਸਤਾਦ ਆਪਣੇ ਆਪ ਨੂੰ ਕਦੇ ਨਹੀਂ ਮੰਨਦੀ, ਕਿਉਂਕਿ ਇਹ ਪਰਸਨ ਇਜ਼ ਆਲਵੇਜ਼ ਅ ਲਰਨਰ, ਹੀ ਲਰਨ ਫਰਮ ਹਮ। ਬਿਲਕੁਲ ਜੀ, ਮੈਂ ਹਾਲੇ ਬਹੁਤ ਕੁਝ ਸਿੱਖ ਰਿਹਾ ਤੇ ਸਿੱਖ ਰਹੀ ਹਾਂ ਹਰ ਰੋਜ਼। ਬਿਲਕੁਲ ਜੀ, ਤੁਹਾਡਾ ਇੱਕ ਗਜ਼ਲ ਦਾ ਹੀ ਸ਼ੇਅਰ ਸੀ, ਘੁੰਗਰੂਆਂ ਨੂੰ ਕੀ ਪਤਾ ਇਹ ਜਾਣ ਦੀ ਬਸ ਭੁੱਖ ਹੀ, ਕਿੰਨੀਆਂ ਮਜਬੂਰੀਆਂ ਨੇ ਉਸ ਦੀ ਚਣਕਾਰ ਵਿੱਚ ਜੀ। ਤੁਸੀਂ ਇਸ ਮਤਲਬ ਸ਼ੇਅਰ ਵਿੱਚ ਹੀ ਬਹੁਤ ਕੁਛ ਸੁਨੇਹਾ ਮਿਲਦਾ, ਬਹੁਤ ਕੁਛ ਕਹਿ ਦਿੱਤਾ ਇਹਦੇ ਵਿੱਚ ਹੀ। ਇਸ ਤਰ੍ਹਾਂ ਇੱਕ ਤੁਹਾਡਾ ਹੋਰ ਵੀ ਸ਼ੇਅਰ ਸੀ ਕਿ ਦੁੱਖਾਂ ਦੇ ਵਿੱਚ ਜੰਮੀ ਖੇਡੀ ਦਰਦ ਹੰਡਾਏ ਕੋਚਰ ਨੇ, ਤਾਂ ਹੀ ਤਾਂ ਹੋ ਗਈ ਹੈ ਉਸਨੂੰ ਪੀੜਾਂ ਦੀ ਪਹਿਚਾਣ। ਬਿਲਕੁਲ ਬਿਲਕੁਲ ਜੀ। ਇਸ ਤੋਂ ਬਾਅਦ ਤੁਹਾਡੀ ਦੀਵਿਆਂ ਦੀ ਕਤਾਰ ਕਿਤਾਬ ਦੀਵਿਆਂ ਦੀ ਕਤਾਰ ਤੇ ਜਗਦੇ ਚਿਰਾਗ, ਹਾਂਜੀ ਜਗਦੇ ਚਿਰਾਗ ਤੇ ਦੀਵਿਆਂ ਦੀ ਕਿਤਾਬ ਜਿਹੜੀ ਹੈ ਉਹ ਦਿੱਲੀ ਤੋਂ ਛਪੀ ਸੀ, ਉਹਦਾ ਕੋਈ ਵੀ ਐਡੀਸ਼ਨ ਮੇਰੇ ਕੋਲ ਨਹੀਂ ਹੈ। ਹਾਂ, ਈਵਨ ਜ਼ਰੂਰ ਹੈ, ਦੂਰਦਰਸ਼ਨ ਤੇ ਮੇਰੀ ਡਾਕੂਮੈਂਟਰੀ ਫਿਲਮ ਬਣਨੀ ਸੀ, ਤਾਂ ਉਹਨਾਂ ਨੇ ਡਾਇਰੈਕਟ ਤਾਂ ਉੱਥੇ ਫੋਟੋ ਭੇਜ ਦਿੱਤੀਆਂ, ਪਰ ਮੈਨੂੰ ਭੇਜੀਆਂ ਨਹੀਂ ਹਾਲੇ ਕੋਈ ਵੀ ਉਹਨਾਂ ਨੇ ਕਿਤਾਬਾਂ, ਤੇ ਪਰ ਉਹਦੀ ਡਿਮਾਂਡ ਬਹੁਤ ਰਹੀ ਹੈ, ਕਿਉਂਕਿ ਉਹਦੇ 'ਚ ਸਾਰੇ ਜਿਹੜੇ ਸੀ ਸਿੱਖਿਆ, ਸਮਾਜਿਕ ਸਰੋਕਾਰਾਂ ਨਾਲ ਤੇ ਪੱਖ ਦੇ ਮਸਲਿਆਂ ਬਾਰੇ ਹੀ ਆਰਟੀਕਲ ਸਨ, ਜਿਵੇਂ ਇਹ ਮੇਰੀ ਫਾਈਲ ਨਵੀਂ ਹੈ, ਇਹਦੇ ਵਿੱਚ ਹਾਲੇ ਕੋਈ ਇਹਦੇ 'ਚ ਛਪੇ ਨਹੀਂ, ਤਾਂ ਇਸ ਤਰ੍ਹਾਂ ਉਹ ਜਿਹੜੀਆਂ ਨੇ ਦੋ ਕਿਤਾਬਾਂ ਸੀ। ਉਸ ਤੋਂ ਬਾਅਦ ਫਿਰ ਮੈਂ ਆਪਣਾ
ਤੀਜਾ ਗਜ਼ਲ ਸੰਗ੍ਰਹਿ ਮੇਰਾ ਆਇਆ, ਦੋ ਕਿਤਾਬਾਂ ਆਈਆਂ ਦੀਵਿਆਂ ਦੀ ਕਿਤਾਬ ਜਗਦੇ ਚਿਰਾਗ, ਜੀ ਉਸ ਤੋਂ ਬਾਅਦ ਫਿਰ ਮੇਰੀ ਆ ਆਈ ਹੈ ਜੀ ਆਪਣਾ ਅਹਿਸਾਸ ਦੀਆਂ ਰਿਸ਼ਮਾਂ। ਹਾਂ ਅਹਿਸਾਸ ਦੀਆਂ ਰਿਸ਼ਮਾਂ, ਇਹਦੇ ਵਿੱਚੋਂ ਕੁਝ ਸਾਂਝਾ ਕਰੋ ਜੀ ਜ਼ਰੂਰ। ਹਾਂਜੀ ਬਸ ਥੋੜਾ ਜਿਹਾ ਸਾਂਝਾ ਕਰ ਲੈਂਦੀ ਹਾਂ ਇਹਦੇ ਵਿੱਚੋਂ ਵੀ, ਕਿਉਂਕਿ ਹਾਂਜੀ ਇਹਦੇ ਗਜ਼ਲ ਹੈ, ਇਹਦੇ ਵਿੱਚ ਵੀ ਅਲੱਗ ਅਲੱਗ ਸ਼ੇਅਰ ਹੋਣਗੇ ਜੀ। ਉਹਦੇ ਤਾਂ ਹੋਠ ਜਾਦੂਗਰ ਨੇ ਐਸਾ ਜਾਦੂ ਕਰ ਜਾਂਦੇ, ਉਹਦੇ ਤਾਂ ਹੋਠ ਜਾਦੂਗਰ ਨੇ ਐਸਾ ਜਾਦੂ ਕਰ ਜਾਂਦੇ, ਜ਼ਰਾ ਕੁ ਮੁਸਕਰਾਵੇ ਤਾਂ ਵੀ ਦਿਲ ਦੇ ਜ਼ਖਮ ਭਰ ਜਾਂਦੇ। ਕੀ ਬਾਤ, ਉਹਦੇ ਤਾਂ ਹੋਠ ਜਾਦੂਗਰ ਨੇ ਐਸਾ ਜਾਦੂ ਕਰ ਜਾਂਦੇ, ਜ਼ਰਾ ਕੁ ਮੁਸਕਰਾਵੇ ਤਾਂ ਵੀ ਦਿਲ ਦੇ ਜ਼ਖਮ ਭਰ ਜਾਂਦੇ, ਇਹ ਵੱਖ ਵੱਖ ਹੋ ਕੇ ਵੀ ਛੱਡਦੇ ਨਹੀਂ ਇੱਕ ਦੂਜੇ ਦਾ ਪੱਲਾ ਜੀ, ਇਹ ਵੱਖ ਵੱਖ ਹੋ ਕੇ ਵੀ ਛੱਡਦੇ ਨਹੀਂ ਇੱਕ ਦੂਜੇ ਦਾ ਪੱਲਾ, ਕਿ ਦਿਨ ਮਹਿਮਾਨ ਬਣ ਕੇ ਰੋਜ਼ ਰਾਤਾਂ ਦੇ ਹੀ ਕਰ ਜਾਂਦੇ, ਕਿ ਦਿਨ ਮਹਿਮਾਨ ਬਣ ਕੇ ਰੋਜ਼ ਰਾਤਾਂ ਦੇ ਹੀ ਕਰ ਜਾਂਦੇ। ਤੇ ਸ਼ੇਰ ਹੈ, ਜਿਨ੍ਹਾਂ ਦੇ ਹੌਸਲੇ ਪੱਕੇ ਨਾ ਡਰਦੇ ਉਹ ਤੂਫਾਨਾਂ ਤੋਂ, ਜਿਨ੍ਹਾਂ ਦੇ ਹੌਸਲੇ ਪੱਕੇ ਨਾ ਡਰਦੇ ਉਹ ਤੂਫਾਨਾਂ ਤੋਂ, ਇਰਾਦੇ ਤਿਣਕਿਆਂ ਵਾਲੇ ਹਵਾਵਾਂ ਤੋਂ ਬਿਖਰ ਜਾਂਦੇ। ਤੇ ਸ਼ੇਰ ਹੈ, ਮੇਰੇ ਦਿਲਦਾਰ ਦੀ ਪਹਿਚਾਨ ਬਸ ਕੁਛ ਇਸ ਤਰ੍ਹਾਂ ਦੀ ਹੈ, ਮੇਰੇ ਦਿਲਦਾਰ ਦੀ ਪਹਿਚਾਨ ਬਸ ਕੁਛ ਇਸ ਤਰ੍ਹਾਂ ਦੀ ਹੈ, ਕਿ ਉਸਨੂੰ ਵੇਖਦੇ ਹੀ ਤਨ ਤੇ ਮਨ ਦੋਵੇਂ ਹੀ ਠਰ ਜਾਂਦੇ। ਮੇਰੇ ਦਿਲਦਾਰ ਦੀ ਪਹਿਚਾਨ ਬਸ ਕੁਛ ਇਸ ਤਰ੍ਹਾਂ ਦੀ ਹੈ, ਕਿ ਉਹਨੂੰ ਵੇਖਦੇ ਹੀ ਤਨ ਤੇ ਮਨ ਦੋਵੇਂ ਹੀ ਠਰ ਜਾਂਦੇ। ਜ਼ਰੂਰੀ ਤਾਂ ਨਹੀਂ ਕਿ ਮਰਨ ਲਈ ਮਰਨਾ ਜ਼ਰੂਰੀ ਹੈ, ਜ਼ਰੂਰੀ ਤਾਂ ਨਹੀਂ ਕਿ ਮਰਨ ਲਈ ਮਰਨਾ ਜ਼ਰੂਰੀ ਹੈ, ਇਹ ਆਸ਼ਿਕ ਤਾਂ ਬਿਨਾਂ ਮਰਿਆ ਵੀ ਇੱਕ ਦੂਜੇ ਤੇ ਮਰ ਜਾਂਦੇ। ਜ਼ਰੂਰੀ ਤਾਂ ਨਹੀਂ ਕਿ ਮਰਨ ਲਈ ਮਰਨਾ ਜ਼ਰੂਰੀ ਹੈ, ਇਹ ਆਸ਼ਿਕ ਤਾਂ ਬਿਨਾਂ ਮਰਿਆ ਵੀ ਇੱਕ ਦੂਜੇ ਤੇ ਮਰ ਜਾਂਦੇ। ਤੇ ਇੱਕ ਸ਼ੇਰ ਵਿਅੰਗਾਤਮਕ ਹੈ, ਸਿਆਸਤ ਵਿੱਚ ਗਊ ਮਾਤਾ ਨੇ ਭੁੱਖੀ ਰਹਿਣਾ ਹੈ ਕਿਉਂਕਿ, ਸਿਆਸਤ ਵਿੱਚ ਗਊ ਮਾਤਾ ਨੇ ਭੁੱਖੀ ਰਹਿਣਾ ਹੈ ਕਿਉਂਕਿ, ਇਹ ਨੇਤਾ ਉਸ ਦੇ ਹਿੱਸੇ ਦਾ ਚਾਰਾ ਆਪ ਚੜ ਜਾਂਦੇ ਸਿਆਸਤ ਵਿੱਚ। ਮਤਲਬ ਤੁਸੀਂ ਹਰ ਪੱਖ ਨੂੰ ਆਪਣੇ ਸ਼ੇਰਾਂ ਦੇ ਵਿੱਚ ਕਹਿ ਦਿੱਤਾ। ਹਾਂਜੀ ਹਾਂਜੀ ਬਿਲਕੁਲ, ਬਹੁਤ ਅੱਛੇ ਜੀ, ਬਹੁਤ ਅੱਛੇ। ਮਤਲਬ ਜੀਵਨ ਦੀ, ਸਾਹਿਤ, ਸਮਾਜ ਦੀ, ਸੱਭਿਆਚਾਰ ਦੀ, ਕੋਈ ਵਿਸ਼ਾ ਅਜਿਹਾ ਨਹੀਂ ਜਿਹੜਾ ਅਣਛੂਹਿਆ ਰਹਿ ਗਿਆ ਤੁਹਾਡੇ ਇਹਨਾਂ ਚ। ਪਿਆਰ ਮੁਹੱਬਤ ਵੀ ਹੈ, ਥੋੜਾ ਵਸਲ ਵੀ ਹੈ, ਲੁਕਾਈ ਦਾ ਦਰਦ ਵੀ ਹੈ, ਪਦਾਰਥਵਾਦ ਵੀ, ਨਿੱਚਵਾਦ ਵੀ, ਸਭ ਕੁਝ ਹੈ। ਬਹੁਤ ਅੱਛਾ ਜੀ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਸਾਹਿਤ ਦੇ ਵਿੱਚ ਬਹੁਤ ਸਾਰੇ ਅਹੁਦਿਆਂ ਤੇ ਰਹੇ। ਹਾਂਜੀ ਹਾਂਜੀ, ਤੁਸੀਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਰਹੇ, ਹੋਰ ਵੀ ਬਹੁਤ ਸਾਰੀ ਸਾਹਿਤ ਸਭਾਵਾਂ ਵਿੱਚ ਤੁਸੀਂ ਬੜੇ ਵਧੀਆ ਅਹੁਦਿਆਂ ਤੇ ਉਸ ਸਮੇਂ ਤੁਸੀਂ ਸਾਹਿਤ ਵਿੱਚ ਕੀ ਯੋਗਦਾਨ ਪਾਇਆ? ਮਤਲਬ ਕਿ ਜਦੋਂ ਤੁਸੀਂ ਅਹੁਦੇ ਤੇ ਸੀ ਤੇ ਤੁਸੀਂ ਕੀ ਮਤਲਬ ਇਹੋ ਜਿਹਾ ਯੋਗਦਾਨ ਪਾਇਆ ਕਿ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ, ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਕੀ ਤੁਹਾਡੀਆਂ ਸਾਹਿਤ ਸਭਾਵਾਂ ਨੇ ਜਾਂ ਤੁਸੀਂ ਕੀ ਯੋਗਦਾਨ ਪਾਇਆ? ਹਾਂਜੀ ਸੁਰਿੰਦਰ ਕਾਲਜ ਜੀ, ਬਹੁਤ ਵਧੀਆ ਸਵਾਲ ਹੈ। ਤੇ ਜਦੋਂ ਮੈਂ ਪੰਜਾਬੀ ਸਾਹਿਤ ਅਕੈਡਮੀ ਤੇ ਜਾਣਾ ਸ਼ੁਰੂ ਕੀਤਾ ਤੇ ਮੈਨੂੰ ਮਤਲਬ ਮਹਿੰਦਰਦੀਪ ਗਰੇਵਾਲ ਜੀ ਨੇ, ਉਹ ਅੱਜ ਕੱਲ ਕੈਨੇਡਾ ਨੇ, ਉਹ ਮੇਰੇ ਘਰ ਆਏ ਕਿ ਤੁਸੀਂ ਇੰਨਾ ਵਧੀਆ ਲਿਖ ਰਹੇ ਹੋ, ਜਾਣਦੇ ਹੋ, ਸਾਹਿਤ ਸਭਾਵਾਂ 'ਚ ਵੀ ਜਾਂਦੇ ਹੋ, ਤੁਸੀਂ ਕੋਈ ਅਹੁਦਾ ਕਿਉਂ ਨਹੀਂ ਸੰਭਾਲਦੇ? ਤਾਂ ਮੇਰਾ ਇੱਕੋ ਹੀ ਸਵਾਲ ਸੀ ਕਿ ਮੈਂ ਅਹੁਦਾ ਕੁਰਸੀ ਨਹੀਂ, ਮੈਂ ਕਿਤੇ ਸੇਵਾ ਦਾ ਕੰਮ ਜ਼ਰੂਰ ਕਰਨਾ ਚਾਹਾਂਗੀ। ਤੇ ਉਹਨਾਂ ਨੇ ਪਹਿਲੀ ਵਾਰੀ ਮੈਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ, ਉਹਦੇ ਇਲੈਕਸ਼ਨ ਹੋਣੀਆਂ ਸੀ, ਉਹਦੇ ਲਈ ਮੈਨੂੰ ਖੜਾ ਕੀਤਾ। ਤੇ ਸਤਿੰਦਰ ਕਾਲੋ ਜੀ ਲੇਖਕਾਂ ਵੱਲੋਂ ਮੈਨੂੰ ਇੰਨਾ ਪਿਆਰ ਮਿਲਿਆ ਕਿ ਮੈਂ ਸਭ ਤੋਂ ਜ਼ਿਆਦਾ 250 ਵੱਧ ਵੋਟਾਂ ਲੈ ਕੇ ਮੈਂ ਪਹਿਲੀ ਵਾਰੀ ਉੱਥੋਂ ਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰ ਦੀ ਮੀਤ ਪ੍ਰਧਾਨ ਬਣੀ। ਨਹੀਂ, ਔਰ ਉਸ ਤੋਂ ਬਾਅਦ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਕਹਿੰਦੇ ਕਿ ਮੈਂ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੀ, ਫਿਰ ਤੁਹਾਨੂੰ ਉਹਨਾਂ ਨੇ ਜ਼ਬਰਦਸਤੀ ਕਹਿਤਾ ਕਿ ਨਹੀਂ ਤੁਸੀਂ ਆਓ? ਬਸ ਉਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਸੀਂ ਇਹਦੇ ਲਈ ਤੁਸੀਂ ਡਿਜ਼ਰਵ ਕਰਦੇ ਹੋ, ਤੁਸੀਂ ਇਹਦੇ ਲਈ, ਉਹਨਾਂ ਨੇ ਕਾਗਜ਼ ਵੀ ਆਪ ਹੀ ਭਰੇ, ਸਾਈਨ ਕਰਾਏ ਮੇਰੇ ਕੋਲੋਂ। ਅੱਛਾ, ਫਿਰ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਮਿਲ ਕੇ ਮੈਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਪ੍ਰਫੁੱਲਤਾ ਲਈ ਨਿਰੰਤਰ ਯਤਨ ਕੀਤੇ। ਮੈਂ ਨਾਰੀ ਕਵੀ ਦਰਬਾਰ ਵੀ ਕਰਵਾਏ, ਔਰ ਮੈਂ ਨਾਰੀ ਦੀ ਦਸ਼ਾ ਦਿਸ਼ਾ ਤੇ ਸਥਿਤੀ ਬਾਰੇ ਸੈਮੀਨਾਰ ਵੀ ਕਰਵਾਏ, ਔਰ ਮੇਰੀ ਕੋਸ਼ਿਸ਼ ਇਹ ਰਹੀ ਕਿ ਮੈਂ ਨਵੀਆਂ ਕਲਮਾਂ ਨੂੰ ਨਾਲ ਜੋੜਾਂ, ਔਰ ਨਵੀਆਂ ਕਲਮਾਂ ਨੂੰ ਮੈਂ ਬੁਲਾਉਂਦੀ ਸਾਂ। ਉਸ ਤੋਂ ਬਾਅਦ ਹੀ ਇਸੇ ਤਰ੍ਹਾਂ ਹੀ ਮੈਂ ਕਾਫੀ ਸਾਲ ਰਹੀ ਤੇ ਫਿਰ ਮੈਨੂੰ ਪੰਜਾਬੀ ਸਾਹਿਤ ਅਕੈਡਮੀ ਗੁਰੂ ਇਕਬਾਲ ਜੀ ਜਿਹੜੇ ਕਿ ਹੁਣ ਸਾਡੇ ਜਨਰਲ ਸਕੱਤਰ ਬਣੇ ਨੇ, ਮੈਨੂੰ ਯਾਦ ਹੈ ਦਿਨ ਉਹ ਵੀ ਮੈਨੂੰ ਕੋਲ ਆਏ ਕਿ ਮੈਡਮ ਕਿ ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ 'ਚ ਇੰਨਾ ਕੰਮ ਕੀਤਾ, ਹੁਣ ਤੁਸੀਂ ਪੰਜਾਬੀ ਸਾਹਿਤ ਅਕੈਡਮੀ ਨਾਲ ਵੀ ਜੁੜੋ। ਤਾਂ ਮੈਂ ਪਹਿਲੀ ਵਾਰੀ ਪ੍ਰਬੰਧਕੀ ਬੋਰਡ ਉਹਨਾਂ ਦੇ ਕਹਿਣ ਤੇ ਪ੍ਰਬੰਧਕੀ ਬੋਰਡ 'ਚ ਆਈ, ਉੱਥੇ ਵੀ ਮੈਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਦੀ ਰਹੀ, ਔਰ ਫਿਰ 2014 ਦੇ ਵਿੱਚ
1954 ਚ ਸਾਡੀ ਪੰਜਾਬੀ ਸਾਹਿਤ ਅਕੈਡਮੀ ਹੋਂਦ ਵਿੱਚ ਆਈ ਹੈ ਔਰ 60 ਸਾਲ ਦੇ ਇਤਿਹਾਸ ਵਿੱਚ 2014 ਵਿੱਚ ਮੈਂ ਪਹਿਲੀ ਔਰਤ ਸੀ ਜਿਹਨੇ ਕਿ ਇਲੈਕਸ਼ਨ ਲੜ ਕੇ ਸਭ ਤੋਂ ਵੱਧ ਵੋਟਾਂ ਲੈ ਕੇ ਮੀਤ ਪ੍ਰਧਾਨ ਬਣੀ। ਬਹੁਤ ਵਧੀਆ, ਬਹੁਤ ਵਧੀਆ। ਇਸ ਤਰ੍ਹਾਂ ਵੀ ਮੇਰੀ ਬਹੁਤ ਮੈਨੂੰ ਮਤਲਬ ਅੱਛਾ ਲੱਗਿਆ ਕਿ ਚਲੋ ਮੇਰੇ ਜਿਹੜੇ ਲੇਖਕ ਨੇ ਬਹੁਤ ਸਤਿਕਾਰ ਕਰਦੇ ਨੇ ਮੇਰੇ ਕੰਮ ਨੂੰ ਔਰ ਮੀਤ ਪ੍ਰਧਾਨ ਬਣ ਕੇ ਸਭ ਤੋਂ ਪਹਿਲੀ ਗੱਲ ਕਿ ਉਦੋਂ ਜਿਹੜੇ ਸਾਡੇ ਭਾਸ਼ਣ ਮੁਕਾਬਲਾ ਜਿਹੜਾ ਲੇਖ ਮੁਕਾਬਲਾ ਸੱਭਿਆਚਾਰਕ ਪ੍ਰਸ਼ਨੋਤਰੀ ਹੋਰ 7 ਮੁਕਾਬਲੇ ਪੰਜਾਬੀ ਸਾਹਿਤ ਅਕੈਡਮੀ ਚ ਕਰਾਏ ਜਾਂਦੇ ਸੀ ਤੇ ਉਹਨਾਂ ਦਿਨਾਂ ਤੋਂ ਸਿਰਫ 6 ਕਾਲਜ ਜਾਂ ਥੋੜੇ ਕਾਲਜ ਆਉਂਦੇ ਸੀ ਪਰ ਮੈਂ ਆਪਣੇ ਜਦੋਂ ਭਾਸ਼ਾ ਦਿਵਸ ਤੇ ਮੇਰੀ ਡਿਊਟੀ ਲੱਗੀ ਤਾਂ ਉਦੋਂ ਤੋਂ 29-30 ਕਾਲਜ ਜਿਹੜੇ ਨੇ ਪੰਜਾਬੀ ਸਾਹਿਤ ਅਕੈਡਮੀ ਚ ਆਉਂਦੇ ਸੀ ਜਿਸ ਚ ਬੱਚੇ ਆਪਣੇ ਆ ਕੇ ਮੁਕਾਬਲੇ ਚ ਹਿੱਸਾ ਲੈਂਦੇ ਨੇ ਸੋ ਇੱਕ ਮੈਨੂੰ ਬਹੁਤ ਅੱਛਾ ਲੱਗਿਆ ਕਿ 6 ਕਾਲਜਾਂ ਤੋਂ ਮੈਂ 30 ਕਾਲਜਾਂ ਤੱਕ ਜਾਂ 29 ਕਾਲਜਾਂ ਤੱਕ ਬੱਚਿਆਂ ਨੂੰ ਮਤਲਬ ਲੈ ਆਉਂਦਾ ਉਹਨਾਂ ਦੇ ਅਧਿਆਪਕ ਆਏ ਔਰ ਉਹਨਾਂ ਦੇ 7 ਮੁਕਾਬਲੇ ਕਰਵਾਉਣੇ ਔਰ ਇੰਨਾ ਮੇਲਾ ਲੱਗਣਾ ਸਾਡੇ ਪੰਜਾਬੀ ਭਵਨ ਵਿੱਚ। ਇਸ ਤੋਂ ਇਲਾਵਾ ਜਦੋਂ ਮੈਂ ਆਪ ਜਿਹੜੀ ਹੈ ਮੇਰੀ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਹੈ ਜਿਹਦੀ ਮੈਂ ਪ੍ਰਧਾਨ ਹਾਂ, ਇਸ ਸੁਸਾਇਟੀ ਦੇ ਰਾਹੀਂ ਮੈਂ ਲਗਾਤਾਰ ਮੈਂ 2 ਦਹਾਕਿਆਂ ਤੋਂ ਜਿੰਨੇ ਵੀ ਸਾਡੇ NRIs ਆਉਂਦੇ ਨੇ ਉਹਨਾਂ ਦੇ ਮੈਂ ਰੂਬਰੂ ਕਰਾਉਂਦੀ ਹਾਂ ਔਰ ਜਿੰਨੇ ਸਾਡੇ ਲੇਖਕ ਜਾਂ ਕਿਤਾਬਾਂ ਛਪਦੀਆਂ ਨੇ ਕਿਤਾਬਾਂ ਲੋਕ ਅਰਪਣ ਹੁੰਦੀਆਂ ਨੇ ਗੋਸ਼ਟੀਆਂ ਹੁੰਦੀਆਂ ਨੇ ਉਹਦੇ ਨਾਲ ਨਾਲ ਮੈਂ 3 ਸਾਲਾਂ ਤੋਂ ਲਗਾਤਾਰ ਮਤਲਬ 3 ਜਿਹੜੀਆਂ ਨੇ ਸਾਹਿਤਕ ਮਿਲਣੀਆਂ ਕਰਵਾ ਚੁੱਕੀਆਂ ਜਿਹਦੇ ਵਿੱਚ ਸਿਰਫ ਨਵੀਆਂ ਕਲਮਾਂ ਆਉਂਦੀਆਂ ਨੇ ਔਰ 90 ਕਲਮਾਂ ਪਿਛਲੇ ਵਾਰੀ ਆਈਆਂ ਜਿਹਦੇ ਵਿੱਚ ਮੈਨੂੰ ਹਰਿਆਣਾ ਸਾਹਿਤ ਅਕੈਡਮੀ ਨੇ ਸਹਿਯੋਗ ਦਿੱਤਾ ਔਰ ਉਹਨਾਂ ਨੂੰ 1,000 ਰੁਪਇਆ ਵੀ ਦੇ ਕੇ ਮਤਲਬ ਬੱਚਿਆਂ ਨੂੰ ਤੋਰਿਆ 90 ਬੱਚੇ ਬੁਲਾਉਣੇ ਔਰ ਇਸ ਤਰ੍ਹਾਂ ਜਿਹੜੇ ਨੇ ਸਾਹਿਤਕ ਮਿਲਣੀਆਂ ਨੇ ਮੈਂ ਨਵੀਆਂ ਕਲਮੀਆਂ ਨੂੰ ਉਤਸ਼ਾਹਿਤ ਕਰ ਰਹੀ ਹਾਂ ਕਿਉਂਕਿ ਨਵੀਆਂ ਕਲਮਾਂ ਸਾਡਾ ਭਵਿੱਖ ਨੇ ਔਰ ਸੱਤ ਜਾਣੇ ਉਸਤਿੰਦਰ ਜੀ ਬਹੁਤ ਅੱਛਾ ਲਿਖ ਰਹੀਆਂ ਨੇ ਸਾਡੀਆਂ ਨਵੀਆਂ ਕਲਮਾਂ ਬਹੁਤ ਅੱਛਾ ਲਿਖ ਰਹੀਆਂ ਨੇ ਮੈਂ ਬਹੁਤ ਪਿਆਰ ਕਰਦਾ ਉਹਨਾਂ ਨੂੰ ਵੀ ਅੱਗੇ ਲਿਆਉਣਾ ਸਾਡਾ ਫਰਜ਼ ਬਣਦਾ ਹੈ ਬਿਲਕੁਲ ਸਾਡਾ ਫਰਜ਼ ਹੈ ਔਰ ਮੈਂ ਬੱਚੇ ਨਹੀਂ ਆ ਸਕਦੇ ਅੱਗੇ ਕਿਸੇ ਕਾਰਨ ਉਹਨਾਂ ਨੂੰ ਅੱਗੇ ਲਿਆਉਣਾ ਵੀ ਫਰਜ਼ ਬਣਦਾ ਹੈ ਹਾਂਜੀ ਕੋਚਰ ਜੀ ਸਾਡੇ ਨਾਲ ਬਹੁਤ ਸਾਰੇ ਅਜ਼ੀਜ਼ ਸਾਡੇ ਜੁੜੇ ਨੇ ਤੇ ਦੋਸਤੋ ਬਹੁਤ ਸ਼ੁਕਰੀਆ ਆਪ ਦਾ ਕਿ ਆਪ ਸਾਡੇ ਨਾਲ ਜੁੜੇ ਆਪਣੇ ਕੀਮਤੀ ਸਮੇਂ ਚੋਂ ਸਾਡਾ ਪ੍ਰੋਗਰਾਮ ਵੇਖ ਰਹੇ ਜੇ ਤੇ ਦੀਪ ਸੰਧੂ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਵੀ ਤੁਹਾਡੇ ਜੋ ਦੋਸਤਾਂ ਦੇ ਕਮੈਂਟਸ ਨੇ ਉਹਨਾਂ ਨੂੰ ਤੁਹਾਡੇ ਨਾਲ ਸਾਂਝੇ ਕਰਨਗੇ ਕਿਉਂਕਿ ਅਸੀਂ ਇਹਨਾਂ ਦੋਸਤਾਂ ਦੇ ਹੱਲਾਸ਼ੇਰੀ ਦੇ ਸਿਰ ਤੇ ਹੀ ਇਹਨਾਂ ਦੇ ਹੱਲਾਸ਼ੇਰੀ ਦੇ ਖੰਭਾਂ ਤੇ ਉੱਡਦੇ ਹਾਂ ਤੇ ਸਾਡੇ ਪ੍ਰੋਗਰਾਮ ਇਹਨਾਂ ਦੋਸਤਾਂ ਕਰਕੇ ਹੀ ਨੇ ਕਿਉਂਕਿ ਜੇ ਤੁਸੀਂ ਤਾਂ ਮੈਂ ਪ੍ਰੋਗਰਾਮ ਕਰ ਲਿਆ ਪ੍ਰੋਗਰਾਮ ਨਹੀਂ ਸਾਡੇ ਪ੍ਰੋਗਰਾਮ ਲੋਕ ਸੁਣਦੇ ਨੇ ਉਹ ਖੁਸ਼ ਹੁੰਦੇ ਨੇ ਵਧੀਆ ਪ੍ਰੋਗਰਾਮਸ ਨੇ ਤੇ ਸਾਡੇ ਪ੍ਰੋਗਰਾਮ ਇਸ ਤਰ੍ਹਾਂ ਸਫਲਤਾਪੂਰਕ ਅੱਗੇ ਚੱਲਦੇ ਨੇ ਦੀਪ ਸੰਧੂ ਜੀ ਤੁਸੀਂ ਕਦੋਂ ਪੜੋਗੇ ਜੀ ਇਹਨਾਂ ਦੇ ਕਮੈਂਟਸ ਜੀ ਮੈਂ ਹੁਣੇ ਬਹੁਤ ਬਹੁਤ ਸ਼ੁਕਰੀਆ ਸਤਿੰਦਰ ਕਾਲੋ ਮੈਡਮ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਆ ਜੀ ਵੈਸੇ ਤਾਂ ਸਾਡੇ ਡਾਕਟਰ ਸਤਿੰਦਰ ਕਾਲੋ ਜੀ ਹੋਰਾਂ ਨੇ ਪਹਿਲਾਂ ਸਾਡੇ ਸਾਰਿਆਂ ਵੱਲੋਂ ਕਰ ਦਿੱਤਾ ਸਵਾਗਤ ਪਰ ਤੁਹਾਡੀ ਇੱਕ ਬਹੁਤ ਹੀ ਮਾਰਮਿਕ ਗੱਲਾਂ ਸੁਣ ਕੇ ਇੱਕ ਮਨ ਵੀ ਭਰਿਆ ਤੇ ਤੁਹਾਡੀ ਕਾਬਲੀਅਤ ਤੇ ਨਾਜ਼ ਵੀ ਹੋਇਆ ਬਹੁਤ ਬਹੁਤ ਸਿਜਦਾ ਜੀ ਸਾਡੇ ਸਭ ਵੱਲੋਂ ਤੇ ਹੁਣ ਮੈਂ ਜੁੜਦੀ ਹਾਂ ਬਹੁਤ ਹੀ ਪਿਆਰੀਆਂ ਸ਼ਖਸੀਅਤਾਂ ਅੱਜ ਹਾਜ਼ਰ ਨੇ ਸਤਿੰਦਰ ਕਾਲੋ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਬਿਲਕੁਲ ਜੀ ਬਿਲਕੁਲ ਬਿਲਕੁਲ ਜ਼ਰੂਰ ਜ਼ਰੂਰ ਜੀ ਜੀ ਅੰਜੂ ਗਰੋਵਰ ਜੀ ਆਏ ਨੇ ਵਿਸ਼ਾਖਾਪੁਰੀ ਜੀ ਨੇ ਬਹੁਤ ਹੀ ਸੋਹਣਾ ਮਤਲਬ ਸਾਰਿਆਂ ਦੇ ਕਮੈਂਟਸ ਨੇ ਉਹ ਬੇਸ਼ੱਕ ਥੋੜ੍ਹੇ ਥੋੜ੍ਹੇ ਪੜਾਂਗੀ ਸਾਰਿਆਂ ਦੇ ਨਹੀਂ ਪੜ ਸਕਦੀ ਸੋ ਅੰਜੂ ਗਰੋਵਰ ਜੀ ਕਹਿੰਦੇ ਨੇ ਸੋ ਪ੍ਰਾਊਡ ਆਫ ਯੂ ਮਾਈ ਇੰਸਪੀਰੇਸ਼ਨ ਮਾਈ ਗਾਈਡ ਮਾਈ ਮੈਂਟਰ ਮਾਈ ਮਾਮ ਡਾਕਟਰ ਗੁਰਚਰਨ ਗੁਰਚਰ ਜੀ ਬਹੁਤ 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 ਸ਼ੁਕਰੀਆ ਜੀ ਤੁਸੀਂ ਵੀ ਉਹਨਾਂ ਦਾ ਪਰਛਾਵਾਂ ਉਹ ਜਿਵੇਂ ਕਿ ਬਿਲਕੁਲ ਬਿਲਕੁਲ ਮਫਸਲ ਸਾਹਿਬ ਜਿਹੜੇ ਕਿ ਖੁਦ ਲੈਂਦੇ ਪੰਜਾਬ ਤੋਂ ਨੇ ਤੇ ਕਵੀ ਨੇ ਤੇ ਆਏ ਨੇ ਜੀ ਕਹਿੰਦੇ ਏ ਗ੍ਰੇਟ ਪਰਸਨੈਲਿਟੀ ਗੁਰਚਰਨ ਕੋਚਰ ਮੈਮ ਜੀ ਬਹੁਤ ਬਹੁਤ ਸ਼ੁਕਰੀਆ ਨਦੀਨ ਆਉਣ ਦੇ ਲਈ ਫਿਰ ਕਹਿੰਦੇ ਨੇ ਉਹਨੇ ਫਿਰ ਇੱਕ ਬਹੁਤ ਹੀ ਸੋਹਣੀ ਗੱਲ ਕੀਤੀ ਹੈ ਜੀ ਅੰਜੂ ਗਰੋਵਰ ਜੀ ਨੇ ਫਿਰ ਵਿਸ਼ਾਖਾਪੁਰੀ ਜੀ ਕਹਿੰਦੇ ਯੂ ਆਰ ਗ੍ਰੇਟ ਰਾਈਟਰ ਮੈਮ ਨਦੀਮ ਅਫਜ਼ਲ ਸਾਹਿਬ ਦੀ ਫਿਰ ਉਹਨਾਂ ਨੇ ਗੱਲ ਕੀਤੀ ਹੈ ਬਹੁਤ ਘੱਟ ਗੱਲਬਾਤ ਕਰਦੇ ਨੇ ਪਰ ਜਦੋਂ ਕੋਈ ਕਹਿੰਦੇ ਕਾਬਿਲ ਇਹੋ ਜਿਹੇ ਇਨਸਾਨ ਕਰਦੇ ਨੇ ਤਾਂ ਬਹੁਤ ਬਹੁਮੁੱਲੀ ਹੁੰਦੀ ਹੈ ਗੱਲ
ਕਹਿੰਦੇ ਸੋਹਣੀ ਗੱਲ ਕੱਥ ਅਤੇ ਹਾਰਡ ਵਰਕਿੰਗ ਪਰਸਨੈਲਿਟੀ ਵਿਸ਼ਾਖਾ ਜੀ ਦੱਸ ਰਹੇ ਨੇ। ਇਸੇ ਤਰ੍ਹਾਂ ਸੰਦੀਪ ਕੌਰ ਮੋਗਾ ਜੀ ਬਹੁਤ ਇੰਪ੍ਰੈਸ ਹੋਏ। ਅਮਨਦੀਪ ਸਿੰਘ ਗਰੋਵਰ ਜੀ ਵੀ ਆਏ ਨੇ, ਪਰਮਜੀਤ ਧੰਜੂ, ਡਾਕਟਰ ਪਰਮਜੀਤ ਧੰਜੂ, ਰਾਮਾ ਸ਼ਰਮਾ ਜੀ, ਮੋਨਾ ਕੋਚਰ ਜੀ, ਜਗਸੀਰ ਸਿੰਘ, ਸੁਰਜੀਤ ਆਮੇ ਜੀ, ਜਿਹੜੇ ਕਿ ਸਟੇਜ ਦੇ ਬਹੁਤ ਹੀ ਵਧੀਆ ਅਤੇ ਫਿਲਮਾਂ ਦੇ ਆਰਟਿਸਟ ਨੇ। ਆਪਣਾ ਇਸ ਤੋਂ ਬਿਨਾਂ ਜੀ ਹੋਰ ਬਹੁਤ ਸਾਰੇ, ਇੱਕ ਬਹੁਤ ਹੀ ਨਾਮੀ ਅਤੇ ਬਹੁਤ ਹੀ ਨੋਨ ਪਰਸਨੈਲਿਟੀ ਸਰਦਾਰ ਮੋਤਾ ਸਿੰਘ ਸਰਾਏ ਜੀ, ਇਹਨਾਂ ਦਾ ਆਉਣਾ ਬਹੁਤ ਹੀ ਵੱਡੀ ਗੱਲ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਉਹ ਵਾਹ ਵਾਹ ਤੁਹਾਡੇ ਲਈ, ਬਹੁਤ ਸਤਿਕਾਰ ਭੇਜ ਰਹੇ ਨੇ। ਅਤੇ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਸਰਬਜੀਤ ਸੋਹਲ ਹੋਰੀ ਵੀ ਤੁਹਾਡੀ ਤਾਰੀਫ ਕਰ ਰਹੇ ਨੇ, ਗੁੱਡ ਕਨਵਰਸੇਸ਼ਨ। ਮੋਤਾ ਸਿੰਘ ਸਰਾਏ ਜੀ ਅਤੇ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦਾ ਬਹੁਤ ਬਹੁਤ ਸਵਾਗਤ ਜੀ। ਗੋਲਡੀ ਹੋਰੀ ਆਏ ਨੇ, ਸੁਖਵਿੰਦਰ ਕੌਰ ਜੀ ਆਏ ਨੇ, ਕਹਿੰਦੇ ਵਾਹ ਜੀ ਵਾਹ, ਦੋਨੋਂ ਹੀ ਮਹਾਨ ਹਸਤੀਆਂ। ਸਤਿੰਦਰ ਮੈਡਮ, ਤੁਸੀਂ ਆਪ ਵੀ ਮਹਾਨ ਹੋ, ਸਾਡੇ ਮਾਰਗ ਦਰਸ਼ਕ ਹੋ, ਸਾਨੂੰ ਇੰਨੇ ਮਹਾਨ ਲੋਕਾਂ ਨਾਲ ਤਾਰਫ ਕਰਵਾਉਂਦੇ ਹੋ, ਦਿਲੋਂ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਜੈਸਮਿਨ ਮਾਹੀ ਜੀ ਆਏ ਹੋਏ ਨੇ, ਬਹੁਤ ਤਾਰੀਫਾਂ, ਸਾਰਿਆਂ ਬਹੁਤ ਤਾਰੀਫਾਂ ਹੋ ਰਹੀਆਂ ਨੇ ਜੀ, ਹੁਣ ਕਿਹਦਾ ਕਿਹਦਾ। ਮੈਂ ਆਪਣਾ ਡਾਕਟਰ ਗਗਨਦੀਪ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਮੁਨੱਜ਼ਾ ਖਾਨ ਜੀ, ਸ਼ਹਿਬਾਜ਼ ਖਾਨ, ਦੀਪ ਕੌਰ ਜੀ, ਅਮਨਦੀਪ ਜੀ, ਅਤੇ ਹੋਰ ਕਿੰਨੇ ਹੀ ਸਾਰੇ ਲੋਕ ਨੇ, ਹੁਣ ਕਿਹਨੂੰ ਕਿਹਨੂੰ ਪੜ੍ਹਾਂ। ਖੈਰ ਬਾਏ ਦ ਵੇ, ਡਾਕਟਰ ਡਾਕਟਰ ਗੁਰਚਰਨ ਕੋਚਰ ਜੀ, ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਸੀਂ ਜਦੋਂ ਇੰਟਰਵਿਊ ਤੁਹਾਡੀ ਕੰਪਲੀਟ ਹੋ ਜਾਏਗੀ, ਉਸ ਤੋਂ ਬਾਅਦ ਤੁਸੀਂ ਜ਼ਰੂਰ ਦੇਖਣਾ। ਮੈਨੂੰ ਲੱਗਦਾ ਸੀ ਕਿ ਸਾਡੀ ਇਹ ਸਾਰੇ ਬੰਦਿਆਂ ਦੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਆ। ਬਹੁਤ ਬਹੁਤ ਸ਼ੁਕਰੀਆ ਜੀ ਸਰੋਤਾ ਗਣੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਜਿਨ੍ਹਾਂ ਨੇ ਕਮੈਂਟਸ ਪਾਏ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੋਤਾ ਸਿੰਘ ਸਰਾਏ ਜੀ ਦਾ ਔਰ ਅਫਸਲ ਜੀ ਦਾ, ਸਾਰਿਆਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਪ੍ਰੋਗਰਾਮ ਦੇਖ ਰਹੇ ਨੇ ਔਰ ਇੰਨੇ ਅੱਛੇ ਕਮੈਂਟਸ ਪਾ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਡਾਕਟਰ ਕਾਲੋ ਜੀ, ਤੁਹਾਡਾ ਸ਼ੁਕਰੀਆ ਜੀ ਜੀ। ਡਾਕਟਰ ਸਰਬਜੀਤ ਕੌਰ ਸੋਹਲ ਜੀ, ਸਾਡੇ ਸਤਿਕਾਰਯੋਗ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ, ਇਹ ਬਹੁਤ ਰੁਝੇਵਿਆਂ ਭਰਿਆ ਜੀਵਨ ਹੈ ਇਹਨਾਂ ਦਾ। ਅੱਜ ਵੀ ਇਹਨਾਂ ਦੀ ਬਹੁਤ ਸਾਰੀਆਂ ਮੀਟਿੰਗਸ ਚੱਲ ਰਹੀਆਂ ਸੀ ਤੇ ਇਹਨਾਂ ਨੇ ਆਪਣੇ ਰੁਝੇਵਿਆਂ ਚੋਂ ਸਾਡੇ ਪ੍ਰੋਗਰਾਮ ਲਈ ਸਮਾਂ ਕੱਢਿਆ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਅਸੀਂ ਪਹਿਲਾਂ ਵੀ ਇਹਨਾਂ ਦਾ ਸ਼ੁਕਰੀਆ ਅਦਾ ਕਰ ਚੁੱਕੇ, ਇਹ ਪ੍ਰੋਗਰਾਮ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਰੇਡੀਓ ਰੰਗ ਐਫਐਮ ਦੇ ਸਹਿਯੋਗ ਨਾਲ ਪੇਸ਼ ਹੋ ਰਿਹਾ ਹੈ, ਕਲਮਾਂ ਦੇ ਰੂਬਰੂ। ਇਸ ਵਿੱਚ ਅਸੀਂ ਸਥਾਪਿਤ ਕਵੀਆਂ ਨਾਲ ਵੀ ਰੂਬਰੂ ਕਰਵਾਵਾਂਗੇ ਤੇ ਨਵੀਆਂ ਕਲਮਾਂ ਦੇ ਨਾਲ ਵੀ ਅਸੀਂ ਦੋਸਤੋ ਤੁਹਾਡੀ ਰੂਬਰੂ ਕਰਵਾਵਾਂਗੇ। ਇਹ ਸਭ ਦੇ ਵਿੱਚ ਸਾਨੂੰ ਡਾਕਟਰ ਸਰਬਜੀਤ ਕੌਰ ਸੋਹਲ ਤੇ ਬਲਦੀਪ ਸੰਧੂ ਜੀ ਦਾ ਸਹਿਯੋਗ ਹੈ। ਮੈਂ ਤੇ ਸੰਚਾਲਕ ਹਾਂ, ਮੈਂ ਤਾਂ ਪ੍ਰੋਗਰਾਮ ਕਰਨਾ ਹੈ। ਤੇ ਬਹੁਤ ਸ਼ੁਕਰੀਆ ਸਰਦਾਰ ਮੋਤਾ ਸਿੰਘ ਜੀ ਸਰਾਏ, ਜਿਹੜੇ ਖੁਦ ਵੀ ਇੱਕ ਬਹੁਤ ਸਾਹਿਤ ਨੂੰ ਸਮਰਪਿਤ ਸ਼ਖਸੀਅਤ ਨੇ, ਉਹਨਾਂ ਨੇ ਸਾਡੇ ਪ੍ਰੋਗਰਾਮ ਲਈ ਸਮਾਂ ਕੱਢਿਆ ਜੀ। ਡਾਕਟਰ ਕੋਚਰ ਜੀ, ਇਹ ਹੁਣ ਅਸੀਂ ਥੋੜਾ ਜਿਹਾ ਰੁੱਖ ਬਦਲਦੇ ਹਾਂ ਕਿ ਤੁਸੀਂ ਸਮਾਜ ਸੇਵਾ ਦੇ ਤੌਰ ਤੇ ਵੀ ਵਿਚਰ ਰਹੇ ਜੀ, ਤੁਹਾਡੀਆਂ ਸਮਾਜ ਵਿੱਚ ਬਹੁਤ ਗਤੀਵਿਧੀਆਂ ਨੇ ਤੇ ਤੁਸੀਂ ਮਤਲਬ ਕਿ ਔਰਤ ਹੋਣ ਦੇ ਨਾਤੇ ਔਰਤਾਂ ਦੀ ਅਪਲਿਫਟਮੈਂਟ ਵਾਸਤੇ, ਉਹਨਾਂ ਦੀ ਇੰਪਾਵਰਮੈਂਟ ਵਾਸਤੇ ਇਹ ਕੀ ਕਰ ਰਹੇ ਜੀ, ਮੈਡਮ? ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਿਛਲੇ 3 ਦਹਾਕਿਆਂ ਤੋਂ ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਹਾਂ ਲੁਧਿਆਣੇ ਦੀ। ਪਹਿਲਾਂ ਤਾਂ ਮੈਂ ਮੈਂਬਰ ਦੇ ਤੌਰ ਤੇ ਹੋਈ, ਫਿਰ ਇਸੇ ਤਰ੍ਹਾਂ ਮੀਤ ਪ੍ਰਧਾਨ ਸੀ, ਪ੍ਰਧਾਨ ਹੁਣ ਪਿਛਲੇ 3 ਦਹਾਕਿਆਂ ਤੋਂ ਮੈਂ ਕੰਮ ਕਰ ਰਹੀ ਹਾਂ। ਔਰ ਉਹਦੇ ਵਿੱਚ ਕਿਉਂਕਿ ਜਿਹੜੀ LLB ਮੈਂ ਕੀਤੀ ਹੋਈ ਹੈ, ਉਹ ਮੈਡਮ ਮੈਂ ਵਕਾਲਤ ਲਈ ਨਹੀਂ ਕੀਤੀ, ਸਿਰਫ ਔਰਤਾਂ ਨੂੰ ਨਿਸ਼ਕਾਮ ਜਿਹੜੀ ਨਰੋਈ ਸਿਹਤ ਦੇਣ ਲਈ ਕੀਤੀ ਹੈ। ਮੇਰੇ ਕੋਲ ਜਿਹੜੇ ਕੇਸਿਸ ਨੇ ਸਾਡੇ ਆਉਂਦੇ ਨੇ ਉਹ ਡੋਮੈਸਟਿਕ ਵਾਇਲੈਂਸ ਦੇ ਨਾਲ ਹੁੰਦੇ ਨੇ, ਜਾਂ ਡੋਰੀ ਕੇਸਿਸ ਨਾਲ ਹੁੰਦੇ ਨੇ, ਜਾਂ ਉਹਨਾਂ ਦੇ ਛੇੜਛਾੜ ਨਾਲ, ਇਸ ਤਰ੍ਹਾਂ ਦੇ ਮੂੰਹ ਤੇ ਤੇਜ਼ਾਬ ਪਾਤਾ। ਸੋ ਇਹੋ ਜਿਹੇ ਕੇਸਿਸ ਸਾਡੇ ਕੋਲ ਬਹੁਤ ਆਉਂਦੇ ਰਹੇ ਆ। ਔਰ ਮੈਂ ਲਗਾਤਾਰ ਜਿਹੜਾ ਸੀ ਉਹਨਾਂ ਦੇ ਕੇਸਿਸ ਨੂੰ ਸੁਣਨਾ, ਅਸੀਂ ਜੇਕਰ ਲੜਕੀ ਵਾਲਿਆਂ ਦਾ ਕਸੂਰ ਨਹੀਂ ਹੁੰਦਾ ਸੀਗਾ ਤਾਂ ਅਸੀਂ ਹਮੇਸ਼ਾ ਲੜਕੀ ਦਾ ਹੀ ਸਾਥ ਦੇਣਾ, ਪਰ ਬਹੁਤ ਸਾਰੇ ਕੇਸਿਸ, ਕਈ ਕੇਸਿਸ ਜਿਹੜੇ 498 ਏ ਡੋਰੀ ਵਿੱਚ ਕਈ ਲੜਕੀਆਂ ਨੇ, ਬਹੁਤ ਸਾਰੇ ਕੁਛ ਕੁ ਲੜਕੀਆਂ ਨੇ ਗਲਤ ਇਸਤੇਮਾਲ ਕੀਤਾ, ਉੱਥੇ ਅਸੀਂ ਲੜਕੀਆਂ ਦਾ ਸਾਥ ਦਿੱਤਾ। ਸੋ ਔਰਤ ਦੇ, ਕਿਉਂਕਿ ਮੈਂ ਔਰਤਾਂ ਨਾਲ ਇੰਨੇ ਮਤਲਬ ਇੰਨੇ ਸਮੇਂ ਤੋਂ ਜੁੜੀ ਹੋਈ ਹਾਂ, ਔਰ ਮੈਂ ਦੇਖਦੀ ਹਾਂ ਕਿ ਸਾਡੀ ਜਿਹੜੀ ਔਰਤ ਹੈ ਅੱਜ ਵੀ
ਉਹ ਉਨੀ ਸੁਖੀ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ। ਉਹਦਾ ਸਮਾਜ ਜੀ ਵਿੱਚ ਉਹ ਰੁਤਬਾ ਉਹ ਸਟੇਟਸ ਨਹੀਂ ਹੈ ਜਿਸ ਦੀ ਬਿਲਕੁਲ ਹੱਕਦਾਰ ਹੈ। ਅੱਜ ਵੀ ਬਿਲਕੁਲ ਜਿਹੜੀ ਔਰਤ ਹੈ ਉਸਨੂੰ ਮਸਲਿਆ ਜਾ ਰਿਹਾ ਹੈ। ਹਰ ਖੇਤਰ ਦੇ ਵਿੱਚ ਉਹ ਆਪਣੀ ਵਧੀਆ ਕਾਰਗੁਜ਼ਾਰੀ ਨਾਲ ਬੜੀਆਂ ਖੂਬਸੂਰਤ ਤੇ ਨਵੇਕਲੀਆਂ ਪੈੜਾਂ ਪਾ ਰਹੀ ਹੈ, ਪਰ ਜੀ ਉਸ ਦੀ ਕਦਰ ਨਹੀਂ ਹੈ। ਮੈਂ ਬਿਲਕੁਲ ਆਦਮੀ ਤੇ ਔਰਤ ਮਤਲਬ ਦੋਨਾਂ ਨੂੰ ਇੱਕ ਦੂਜੇ ਦੇ ਪੂਰਕ ਮੰਨਦੀ ਹਾਂ, ਪਰ ਜੀ ਮੈਂ ਉਹਨਾਂ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਰੂੜੀਵਾਦੀ ਸੋਚ ਤਹਿਤ ਬਣੀਆਂ ਹੋਈਆਂ, ਉਹਨਾਂ ਪਰੰਪਰਾਵਾਂ ਨੂੰ ਨਕਾਰ ਦੀਆਂ ਜਿਨ੍ਹਾਂ ਤਹਿਤ ਔਰਤ ਨੂੰ ਉਹ ਇੱਕ ਮਨੋਰੰਜਨ ਦਾ ਸਾਧਨ ਸਮਝਿਆ ਜਾਂਦਾ, ਚਾਹੇ ਇੱਕ ਵਸਤੂ ਵਾਂਗੂ ਸਮਝਿਆ ਜਾਂਦਾ, ਉਹ ਉਹਨਾਂ ਦੇ ਮੈਂ ਬਿਲਕੁਲ ਬਰਖਿਲਾਫ ਹਾਂ। ਔਰ ਇਸੇ ਕਰਕੇ ਅਸੀਂ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ, ਸਕੂਲਾਂ ਵਿੱਚ ਔਰ ਰਿਮੋਟ ਕਾਰਨਰਸ ਵਿੱਚ ਜਾ ਕੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ, ਕਾਨੂੰਨਾਂ ਬਾਰੇ, ਕਿਉਂਕਿ ਵਕਾਲਤ ਕੀਤੇ ਤਾਂ ਕਾਨੂੰਨਾਂ ਬਾਰੇ ਜਾ ਕੇ ਦੱਸੀ ਜੀ ਹਾਂ। ਜੀ ਇਸ ਕਰਕੇ ਮੈਂ ਝਾਰਖੰਡ ਦੇ ਕਬਾਇਲੀ ਖੇਤਰਾਂ ਵਿੱਚ ਗਈ ਹਾਂ, ਔਰ ਮੈਂ ਉਹਨਾਂ ਲੋਕਾਂ ਨੂੰ, ਬੱਚਿਆਂ ਨੂੰ ਝੂਠੇ ਪੱਤਲ ਚੱਟਦਿਆਂ ਵੀ ਦੇਖਿਆ, ਔਰ ਅਮੀਰਾਂ ਦੇ ਕੁੱਤਿਆਂ ਨੂੰ ਬਿਸਕਿਟ ਖਾਂਦਿਆਂ ਵੀ। ਸੋ ਮੇਰਾ ਬਿਲਕੁਲ ਵਾਸਤਾ ਮੈਡਮ, ਅਨਪੜ੍ਹ, ਪੜ੍ਹੀ ਲਿਖੀ, ਸ਼ਹਿਰੀ, ਪੇਂਡੂ, ਹਰ ਤਰ੍ਹਾਂ ਦੇ ਲੋਕਾਂ ਨਾਲ ਵਾਹ ਪਿਆ ਹੈ। ਹਰ ਇੱਕ ਜੀ ਨੂੰ ਉਹਨਾਂ ਦੀਆਂ ਲੋੜਾਂ ਥੋੜਾਂ ਨੂੰ ਜਾਣਦੀਆਂ, ਮਜਬੂਰੀਆਂ ਜਿਹੜੀਆਂ ਨੇ ਉਹਨਾਂ ਦੀਆਂ, ਬਿਲਕੁਲ ਜੀ, ਔਰ ਜੋ ਚੁਣੌਤੀਆਂ ਨੇ ਜਾਣਦੀਆਂ, ਔਰ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਦਾ ਹੱਲ ਲੱਭਿਆ ਜਾਵੇ। ਜੀ ਇਸੇ ਨਾਲ ਜਦੋਂ ਕੋਈ ਸਾਡੇ ਔਰਤ ਨਾਲ ਜਾਤੀ ਜਿੱਥੇ ਵੀ ਹੋਏਗੀ, ਅਸੀਂ ਪੂਰੀ ਜਿਹੜਾ ਸਾਡਾ ਹੈ ਸਭਾ ਉਹ ਪਹੁੰਚਦੀ ਹੈ ਉੱਥੇ, ਅਸੀਂ ਧਰਨੇ ਵੀ ਦਿੰਦੇ ਹਾਂ, ਰੈਲੀਆਂ ਵੀ ਕਰਦੇ ਹਾਂ, ਔਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਹਾਂ। ਸੋ ਇਸ ਤਰ੍ਹਾਂ ਤਾਂ ਮੈਂ ਔਰਤਾਂ ਦੇ ਨਾਲ ਕੰਮ ਕਰ ਰਹੀ ਹਾਂ ਜੀ। ਜਿਹੜੀ ਤੁਸੀਂ ਕੀ ਉਹਨਾਂ ਦਾ ਡਾਕਟਰ ਕੋਈ ਵੀ ਕੋਚਰ ਜੀ, ਹਾਂਜੀ, ਸਮਝਦੇ ਕਿ ਹਰ ਜਗ੍ਹਾ ਤੇ ਇਹ ਮਰਦ ਹੀ ਕਸੂਰਵਾਰ ਹੁੰਦਾ ਹੈ ਤੇ ਔਰਤ ਕਸੂਰਵਾਰ ਨਹੀਂ ਹੁੰਦੀ? ਨਹੀਂ, ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਕੁਛ ਜਿਹੜੀਆਂ ਲੜਕੀਆਂ ਨੇ ਬਿਲਕੁਲ ਗਲਤ ਕੇਸ ਬਣਾਏ, ਔਰ ਬਣਾਉਂਦੇ 498 'ਚ ਆਪਣੀ ਨੰਦ ਤੇ, ਆਪਣੀ ਸੱਸ ਤੇ, ਜਿਹੜੇ ਵਿਚਾਰੇ ਕੈਨੇਡਾ ਬੈਠੇ ਨੇ ਉਹਨਾਂ ਤੋਂ ਕੋਈ ਹੈ ਨਹੀਂ, ਉਹਨਾਂ ਤੇ ਕੇਸ ਅਸੀਂ ਉਹ ਬਿਲਕੁਲ ਨਹੀਂ ਮੁੰਡਿਆਂ ਦਾ ਸਾਥ ਦਿੱਤਾ। ਸੋ ਹਰ ਥਾਂ ਤੇ ਜਿਹੜੀ ਹੈ ਲੜਕੀ ਠੀਕ ਨਹੀਂ, ਉਸ ਦੀ ਹਰ ਥਾਂ ਤੇ ਮਰਦ ਵੀ ਠੀਕ ਨਹੀਂ ਹੁੰਦਾ, ਪਰ ਜ਼ਿਆਦਾ ਜ਼ਿਆਦਾ ਜਿਹੜੇ ਨੇ ਅੱਜ ਵੀ ਸਾਡੀ ਔਰਤ ਜਿਹੜੀ ਹੈ ਉਹ, ਦੇਖੋ ਮੈਂ ਬਿਲਕੁਲ ਸਾਫ਼ ਕਹਾਂਗੀ, ਜਿਨ੍ਹਾਂ ਦੇ ਡਾਇਮੰਡ ਦੇ ਗਹਿਣੇ ਪਾਏ ਹੁੰਦੇ ਨੇ, ਇੰਨੇ ਸਟਾਈਲ ਕੱਪੜੇ, ਸਟਾਈਲਿਸ਼ ਕੱਪੜੇ ਪਾਏ ਹੁੰਦੇ ਨੇ, ਕਾਰਾਂ ਵਾਲੀਆਂ, ਕੋਠੀਆਂ ਵਾਲੀਆਂ, ਨੌਕਰਾਂ ਵਾਲੀਆਂ, ਮੈਂ ਉਹਨਾਂ ਨੂੰ ਵੀ ਜਦੋਂ ਪੁੱਛਦੀ ਹਾਂ ਤਾਂ ਉਹ ਬੜੇ ਔਰਤਾਂ ਕਹਿੰਦੀ ਕਿ ਸਾਡੇ ਮਰਦਾਂ ਦੀ ਰਾਤ ਪਰ ਘਰ ਹੀ ਨਹੀਂ ਆਉਂਦੇ। ਸੋ ਇਹੋ ਜਿਹੀਆਂ ਵੀ ਹੁੰਦਾ, ਮੈਂ ਜਿਹੜੇ ਘਰ ਪੋਚਾ ਝਾੜੂ ਲਾਉਣ ਵਾਲੀਆਂ ਦੇ ਮੈਂ ਉਹਨਾਂ ਨੂੰ ਵੀ ਪੁੱਛਦੀ ਹਾਂ, ਉਹ ਵੀ ਕਹਿੰਦੇ ਨੇ ਕਿ ਉਹਨਾਂ ਵਿੱਚੋਂ ਕੁਛ ਕਹਿੰਦੀਆਂ ਨੇ ਕਿ ਸਾਡੇ ਆਦਮੀ ਸ਼ਰਾਬੀ ਨੇ, ਕਬਾਬੀ ਨੇ, ਔਰ ਮਤਲਬ ਸਾਡਾ ਜਿਹੜਾ ਪੈਸਾ ਤਨਖਾਹ ਦਿੰਦੇ, ਕਹਿੰਦੇ ਖੋ ਲੈਂਦੇ ਨੇ, ਸ਼ਰਾਬਾ ਪੀਂਦੇ ਨੇ, ਮਾਰਦੇ ਨੇ, ਕੁੱਟਦੇ ਨੇ। ਸੋ ਇਸ ਤਰ੍ਹਾਂ ਉਹਨਾਂ ਦੀ ਮਦਦ ਤਾਂ ਅਸੀਂ ਉਸਦੇ ਮੁਤਾਬਕ ਹੀ ਕਰਨੀ ਹੈ ਨਾ, ਜਿਹੜਾ ਕਸੂਰਵਾਰ ਹੈ ਉਹਦੇ ਹੱਥ ਵਿੱਚ ਵੜਨਾ। ਦੋਨੋਂ ਬਰਾਬਰ ਨੇ, ਕਈ ਹਾਂ ਜਗ੍ਹਾ ਬਿਲਕੁਲ, ਤੇ ਔਰਤ ਦਾ ਕਸੂਰ ਹੁੰਦਾ, ਕਈ ਜਗ੍ਹਾ ਤੇ ਮਰਦ ਦਾ ਕਸੂਰ ਹੁੰਦਾ, ਪਰ ਜ਼ਿਆਦਾਤਰ ਜਿਹੜਾ ਹੈ ਔਰਤ ਸਮਾਜ ਉਸਨੂੰ ਉਹ ਰੁਤਬਾ ਨਹੀਂ ਪ੍ਰਾਪਤ ਜੋ ਹੋਣਾ ਚਾਹੀਦਾ ਹੈ। ਭਾਵੇਂ ਕਿ ਸਾਡੀ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਬਣਾਏ, ਬਹੁਤ ਸਾਰੇ ਰੂਲਸ ਬਣਾਏ, ਪਰ ਉਹਨਾਂ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੈ, ਨਹੀਂ ਹੋ ਰਹੀ। ਅਜੇ ਵੀ ਸਾਡੇ, ਮੈਂ ਵੀ ਇਹ ਕਹੂੰਗੀ, ਭਾਵੇਂ ਮੈਂ ਵੀ ਬਹੁਤ ਪੜ੍ਹੀ ਲਿਖੀ ਹਾਂ, ਬੜੀ ਅਗਾਂਹ ਵਧੂ ਹਾਂ, ਮੈਂ ਆਪਣੀ ਜਾਂ ਆਪਣੀ ਚੰਦ ਇੱਕ ਭੈਣਾਂ ਦੀ ਗੱਲ, ਜਿਨ੍ਹਾਂ ਨੂੰ ਪੂਰੀ ਆਜ਼ਾਦੀ ਹੈ ਘੁੰਮਣ ਫਿਰਨ ਦੀ, ਕੁਛ ਆਪਣਾ ਕਹਿਣ ਦੀ, ਕੁਛ ਸੁਣਨ ਦੀ, ਉਹਨਾਂ ਦੀ ਵੀ ਗੱਲ ਕਰਦੀ ਹਾਂ, ਪਰ ਫਿਰ ਵੀ ਅਜੇ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਹਜੇ ਦੱਬੀਆਂ ਕੁਚਲੀਆਂ ਨੇ, ਦੱਬੀਆਂ ਹੋਈਆਂ ਨੇ। ਤੇ ਮੈਂ ਕਹੂੰਗੀ ਕਿ ਸਮਾਜ ਜਿਹੜਾ ਸਾਡਾ ਮਰਦ ਪ੍ਰਧਾਨ ਸਮਾਜ ਹੈ, ਚਾਹੇ ਗੁੱਸਾ ਹੀ ਕਰਨ ਮਰਦ, ਪਰ ਮੈਂ ਇਸ ਗੱਲ ਨੂੰ ਮੰਨਦੀ ਹਾਂ। ਮੈਂ ਘਰ ਵਿੱਚ, ਮੇਰੇ ਫੈਮਿਲੀ ਵੀ ਬਹੁਤ ਐਡਵਾਂਸ ਹੈ, ਮੈਂ ਬਹੁਤ ਮਤਲਬ ਆਗਾਹ ਵਧੂ ਹਾਂ, ਮੇਰੇ ਬੱਚੇ, ਪੂਰੀ ਆਜ਼ਾਦੀ ਹੈ, ਪਰ ਕਿਤੇ ਨਾ ਕਿਤੇ ਮੈਂ ਵੀ ਇਹ ਕਰਦੀ ਹਾਂ ਕਿ ਸਮਾਜ ਮਰਦ ਪ੍ਰਧਾਨ ਹੈ ਜੀ। ਕੁਛ ਬਿਲਕੁਲ ਹਾਂ, ਬਿਲਕੁਲ। ਔਰ ਇਸ ਸਮਾਜ ਦੇ ਵਿੱਚ ਦੇਖੋ ਸਾਡੀ ਔਰਤ ਸੁਰੱਖਿਅਤ ਹੀ ਨਹੀਂ ਹੈ, ਅੱਜ 6 ਮਹੀਨੇ ਦੀ ਬਾਲੜੀ ਤੋਂ ਲੈ ਕੇ 94 ਸਾਲ ਦੀ ਔਰਤ ਸੇਫ ਨਹੀਂ ਹੈ। ਸੋ ਇਹ ਕਿੱਥੇ ਮਾਨਸਿਕਤਾ ਹੀ ਸਾਡੀ ਬਿਮਾਰ ਹੋ ਚੁੱਕੀ ਹੈ ਨਾ। ਸੋ ਇਹ ਬੜਾ ਕੁਝ ਸਾਨੂੰ ਸੋਚਣ ਦੀ ਲੋੜ ਹੈ। ਔਰ ਮੈਂ ਸਮਝਦੀ ਹਾਂ, ਹਾਂਜੀ, ਇਸ ਵਾਸਤੇ ਤੁਹਾਡੀਆਂ ਇਸਤਰੀਆਂ ਸਭਾਵਾਂ ਜਾਂ ਕੀ ਕਰ ਰਹੀਆਂ? ਪਰ ਇਹ ਹੀ ਹੈ ਕਿ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਚੁੱਪ ਕਰਕੇ ਨਹੀਂ ਬੈਠਣਾ, ਜਦੋਂ ਤੁਹਾਡੇ ਨਾਲ ਜਾਤੀ ਹੋਵੇ ਆਪਣੇ ਤੁਸੀਂ ਆਵਾਜ਼ ਉਠਾਓ, ਜਦੋਂ ਤੱਕ ਆਪਾਂ ਆਵਾਜ਼ ਨਹੀਂ ਉਠਾਵਾਂਗੇ ਸਾਡੀ ਆਵਾਜ਼ ਕਿਵੇਂ ਪਹੁੰਚੇਗੀ? ਹੁਣ ਜਿਵੇਂ ਮੰਨ ਲਓ ਅੱਜ ਕੱਲ੍ਹ ਮੈਂ ਚਾਹੁੰਦੀ ਕਿ ਔਰਤਾਂ ਨੂੰ ਵੱਧ ਤੋਂ ਵੱਧ ਪਾਰਟੀਸਪੇਸ਼ਨ ਮਿਲਣੀ ਚਾਹੀਦੀ ਹੈ ਜਿਹੜੀਆਂ ਸਰਕਾਰਾਂ ਬਣਦੀਆਂ ਨੇ। ਹੁਣ ਲੋਕਲ ਗਵਰਨਮੈਂਟ ਜਿਹੜੀਆਂ ਬਣਦੀਆਂ, ਲੋਕਲ ਗਵਰਨਮੈਂਟ ਤਾਂ ਚਲੋ 50% ਇਹਨਾਂ ਦੀ ਰੈਜ਼ਰਵੇਸ਼ਨ ਆ, ਉਹ ਵੀ ਆਦਮੀ ਆਪ ਕੰਮ ਕਰਦੇ ਨੇ ਔਰਤਾਂ ਦੇ ਨਾਂ ਤੇ, ਉਹ ਵੀ ਗਲਤ ਹੁੰਦਾ। ਬਿਲਕੁਲ ਬਿਲਕੁਲ। ਤਾਂ ਇਹ ਦੇਖੋ ਹੁਣ ਟਿਕਟਾਂ ਮਿਲੀਆਂ ਨੇ ਸਾਡੀਆਂ ਔਰਤਾਂ ਨੂੰ, ਬਹੁਤ ਘੱਟ ਮਿਲੀਆਂ ਨੇ। ਅੱਜ ਵੀ ਮੈਨੂੰ ਇੱਕ ਪ੍ਰੈਸ ਰਿਪੋਰਟਰ ਦਾ ਫੋਨ ਆਇਆ ਔਰ ਮੈਂ ਕਿਹਾ ਉਹ ਇਹ ਜਿਹੜੀਆਂ ਟਿਕਟਾਂ ਜੇ ਨਹੀਂ ਮਿਲਣਗੀਆਂ, ਅਸੀਂ ਵਿਧਾਨ ਸਭਾਵਾਂ 'ਤੇ ਨਹੀਂ ਜਾਵਾਂਗੇ, ਸੰਸਦ 'ਤੇ ਨਹੀਂ ਪਹੁੰਚਾਂਗੇ, ਤਾਂ ਸਾਡੀ ਆਵਾਜ਼ ਕਿਵੇਂ ਪਹੁੰਚੇਗੀ? ਇਸ ਲਈ ਸਾਡੇ ਲਈ ਚਾਹੀਦਾ ਕਿ ਔਰਤਾਂ ਨੂੰ ਵੀ ਟਿਕਟਾਂ ਦਿੱਤੇ ਜਾਣ। ਔਰਤ ਤਾਂ ਹਰ ਖੇਤਰ 'ਚ ਅੱਗੇ ਆ, ਮੈਰਿਟ ਸਾਰੀ, ਕੋਈ ਵੀ ਖੇਤਰ ਇਹੋ ਜਿਹਾ ਨਹੀਂ ਜਿੱਥੇ ਔਰਤ ਨਹੀਂ ਬਣ। ਬਿਲਕੁਲ, ਹਰ ਖੇਤਰ 'ਚ ਔਰਤ ਅੱਗੇ ਹੈ।
ਤੇ हाँ, ਮੈਂ अज ਇੱਥੇ ਦੱਸਣਾ देखो ਚਾਹਾਂਗੀ ਕਿ प्रधानमंत्री। हाँ ਮੇਰੇ ਪਿੰਡ ਦੇ ਇੱਕ ਔਰਤ ਸਰਪੰਚ ਹੈ, ਪਰ ਉਹਦੇ ਹਸਬੰਡ ਉਹਦੇ ਸਾਈਨ ਕਰਦੇ ਨੇ ਤੇ ਸਾਈਨ बस ਉਹਦੇ मैं ਹਸਬੰਡ कह रही ਕਰਦੇ हाँ ਨੇ, ना ਮੀਟਿੰਗ ਜਾਂਦੇ ਨੇ, ਤੇ बिल्कुल ਮੈਂ ਕਿਹਾ ਕਿ ਤੂੰ ਕਾਦੀ ਸਰਪੰਚ ਹੈ, ਇਹਨੂੰ ਸਰਪੰਚ ਤੁਸੀਂ ਕਿਉਂ ਬਣਾਇਆ? ਜਦੋਂ ਇਹ ਕਿਤੇ ਜਾ ਨਹੀਂ ਸਕਦੀ ਫਿਰ ਸਰਪੰਚ ਨਾ ਬਣਾਓ, ਤੁਸੀਂ ਮੀਟਿੰਗ ਆਪ हाँ ਅਟੈਂਡ ਕਰਨੀ ਹੈ, ਸਾਈਨ बिल्कुल ਵੀ ਇਥੋਂ ਤੱਕ ਹੀ ਆਪ ਕਰਨੇ ਨੇ। ਬਟ ਇਸ ਸਿੰਦਰ ਦੇ ਲਈ ਰੈਜ਼ਰਵੇਸ਼ਨ ਦਾ ਫਾਇਦਾ ਲੈਂਦੇ ਆ, ਔਰਤਾਂ 'ਚ ਵੀ ਜਾਗਰਤੀ ਹੋਣੀ ਚਾਹੀਦੀ ਹੈ ਕਿ ਜੇ ਮੈਂ ਕਿਸੇ ਬਿਲਕੁਲ ਦੇ ਅਸੀਂ ਵਿਆਹ ਤੇ ਜਾਗਰਤੀ ਕਰ ਰਹੇ ਮੈਂ ਹਾਂ ਉਹਨਾਂ ਦਾ ਉਹਦਾ ਇਸਤੇਮਾਲ ਕਰਨਾ, ਜੇ ਮੈਂ ਸਰਪੰਚ ਆ ਤੇ ਮੈਂ ਸਰਪੰਚ ਬਣਨਾ ਹੈ, ਆਪਣੇ ਸਾਈਨ ਆਪ ਕਰਨੇ ਹੈ। ਅਸੀਂ ਔਰਤਾਂ ਵੀ ਕਈ ਵਾਰੀ ਮਰਦਾਂ ਨੂੰ ਜ਼ਿਆਦਾ ਖੁੱਲ ਦੇ ਦਿੰਦੀਆਂ, ਆਪਣੀ ਕਮਜ਼ੋਰ ਬਣ ਜਾਂਦੀਆਂ। ਨਹੀਂ ਨਹੀਂ ਬੰਨਾ ਨਹੀਂ ਚਾਹੀਦਾ ਨਾ, ਬਿਲਕੁਲ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ। ਬਿਲਕੁਲ ਜੀ। ਤੇ ਤੁਸੀਂ ਕੋਈ ਬੜਾ ਪਖਦਾ ਜਿਹਾ ਮਸਲੇ ਚੱਲ ਰਹੇ ਸੀ, ਕੋਈ ਆਪਣੀ ਇੱਕ ਗਜ਼ਲ ਸ਼ੇਅਰ ਕਰੋ ਫਿਰ ਸਾਡੇ ਨਾਲ। ਹੋਰ ਨਹੀਂ ਨਹੀਂ ਕੋਈ ਦੇਖੋ। हाँ चलो मैं फटाफट एक कोई सुना देंगे तुम्हें। जी पता नहीं कितने ये ना थोड़ी तो देख लेने हैं, चलो वो इधर ही आजकल तो थोड़े मसले दा जिम्मे ओदे ठीक थोड़ा कर देने हैं। वो ना हत्था पैरां ते बाहां नूं रोको, जो कट दे बिरख दियां छावां नूं रोको, किते मौत हो जाए ना रोशनी दी, ना बुझ जाए दीवा हवावां नूं रोको। हवावां नूं आखो साजिश करन, हवावां राजनीतिक हवावां तो भी आ दूजी हवावां तो भी, हवावां नूं आखो साजिश करन ते चक्कर दे हक विच हामी भरन, उह बन के हनेरी किते भी ना जावन, उह बन के हनेरी किते भी ना जावन, उहनां दीआं तिखियां अदावां नूं रोको ते शेर देखना, जिन्हां नूं सी उहनां ने जमिया खिडाया पढ़ाया लिखाया ते कम ते लगाया। ਜਿਨ੍ਹਾਂ ਨੂੰ ਸੀ ਉਹਨਾਂ ਨੇ ਜੰਮਿਆ ਖਿਡਾਇਆ ਪੜਾਇਆ ਲਿਖਾਇਆ ਤੇ ਕੰਮ ਤੇ ਲਗਾਇਆ, ਉਹ ਵੰਡ ਲੈਣ ਦੌਲਤ, ਉਹ ਵੰਡ ਲੈਣ ਦੌਲਤ ਜ਼ਮੀਨਾਂ ਵੀ ਵੰਡਣ, ਉਹ ਵੰਡਣ ਨਾ ਮਾਪੇ ਭਰਾਵਾਂ ਨੂੰ ਰੁੱਖ, ਮਾਂ ਲੱਗ ਰਹਿ ਰਹੀ ਪਿਓ ਲੱਗ ਰਹਿ ਰਿਹਾ, ਬਿਲਕੁਲ ਬਿਲਕੁਲ, ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹੈ ਦੌਲਤ ਬਥੇਰੀ ਖੁਸ਼ੀ ਪਰ ਨਾ ਮਿਲਦੀ, ਹਵਾ ਬਿਨ ਤਾਂ ਕੋਈ ਵੀ ਟਾਹਣੀ ਨਾ ਹਿਲਦੀ, है दौलत बथेरी खुशी पर न मिलती, हवा बिन ता कोई भी टाणी ना हिलदी, जे चाहते हो जीवन च सुख चैन ता फिर, जे चाहते हो जीवन च सुख चैन ता फिर, जरूरत तो वादू इच्छावां नूं रोको, जिवें तपदे थले है पानी जरूरी, जिवें तपदे थले है पानी जरूरी, तिहाए दी ते भी बुझाणी जरूरी, बजाए थलां ते ओ सागर ते वरदा, बलाए बजाए थलां ते ओ सागर ते वर ਵਰਦਾ, ਅਜਿਹੀਆਂ ਬੇਮਤਲਬ ਘਟਾਵਾਂ ਨੂੰ ਰੋਕੋ, ਬਣਾਉਣਾ ਜੇ ਚਾਹੁੰਦੇ ਹਾਂ ਸੰਸਾਰ ਸੋਹਣਾ, ਬਣਾਉਣਾ ਜੇ ਚਾਹੁੰਦੇ ਹਾਂ ਸੰਸਾਰ ਸੋਹਣਾ, ਇਹ ਫੁੱਲਾਂ ਤੇ ਕਲੀਆਂ ਦਾ ਗੁਲਜ਼ਾਰ ਸੋਹਣਾ, ਸਲਾਮਤ ਦੇ ਮਹਿਕਾਂ ਨੂੰ ਰੱਖਣਾ ਹੈ ਕੁੱਖ ਵਿੱਚ, ਸਲਾਮਤ ਦੇ ਰੱਖਣਾ ਹੈ ਮਹਿਕਾਂ ਨੂੰ ਕੁੱਖ ਵਿੱਚ, ਤਾਂ ਕਲੀਆਂ ਨੂੰ ਕੁਚਲਣ ਤੋਂ ਮਾਵਾਂ ਨੂੰ ਰੋਕੋ। ਤੇ ਸ਼ੇਰ ਹੈ, ਜਵਾਨੀ ਅਸਾਡੀ ਹੈ ਪੈ ਗਈ ਕੁਰਾਏ, ਜਵਾਨੀ ਅਸਾਡੀ ਹੈ ਪੈ ਗਈ ਕੁਰਾਏ, ਉਹ ਨਸ਼ਿਆਂ ਦੀ ਦਲ ਦਲ ਤੇ ਤਸਦੀ ਹੀ ਜਾਏ, ਜਵਾਨੀ ਸਾਡੀ ਹੈ ਪੈ ਗਈ ਕਿਰਾਏ, ਉਹ ਨਸ਼ਿਆਂ ਦੀ ਦਲ ਦਲ ਤੇ ਤਸਦੀ ਹੀ ਜਾਏ, ਬਚਾਉਣਾ ਜੇ ਕੋਚਰ ਭਵਿੱਖ ਪੀੜੀਆਂ ਦਾ, ਬਚਾਉਣਾ ਭਵਿੱਖ ਜੇ ਪਹੁੰਚਾਉਣਾ ਜੇ ਕੋਚਰ ਭਵਿੱਖ ਪੀੜੀਆਂ ਦਾ, ਤਾਂ ਵਿਕ ਰਹੀਆਂ ਥਾਂ ਥਾਂ ਬਲਾਵਾਂ ਨੂੰ ਰੋਕੋ, ਉਹਨਾਂ ਹੱਥਾਂ ਪੈਰਾਂ ਤੇ ਬਾਹਾਂ ਨੂੰ ਰੋਕੋ, ਜੋ ਕੱਟਦੇ ਬਿਰਖ ਦੀਆਂ ਛਾਵਾਂ ਨੂੰ ਰੋਕੋ, ਕਿਤੇ ਮੌਤ ਹੋ ਜਾਏ ਨਾ ਰੋਸ਼ਨੀ ਦੀ, ਨਾ ਬੁੱਝ ਜਾਏ ਦੀਵਾ ਹਵਾਵਾਂ ਨੂੰ। ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬਹੁਤ ਵਧੀਆ ਬਹੁਤ ਵਧੀਆ ਗਜ਼ਲ। ਤੇ ਸਾਡਾ ਸਮਾਂ ਵੀ ਹੌਲੀ ਹੌਲੀ ਹੋ ਰਿਹਾ ਹੈ, ਤੇ ਤੁਸੀਂ ਤੇ ਇੱਕ ਬਹੁਤ ਵੱਡਾ ਖਜ਼ਾਨਾ ਹੈ ਤੁਹਾਡੇ ਪਾਸ ਤੇ ਇਸ ਵਕਤ ਲਿਖਤਾਂ ਦਾ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਇਹ ਤੁਹਾਡੀ ਸਭ ਚੀਜ਼ਾਂ ਸੁਣ ਲਈ ਤੇ ਸਾਨੂੰ ਪੂਰਾ ਦਿਨ ਚਾਹੀਦਾ ਸੀ ਮੈਨੂੰ ਲੱਗਦਾ, ਪਰ ਫਿਰ ਵੀ ਬਹੁਤ ਖੂਬਸੂਰਤੀ ਦੇ ਨਾਲ ਤੁਸੀਂ ਹਰ ਪੱਖ ਨੂੰ ਪੇਸ਼ ਕੀਤਾ ਤੇ ਬਹੁਤ ਵਧੀਆ। ਤੁਸੀਂ ਕੋਈ ਸੰਦੇਸ਼ ਦੇਣਾ ਚਾਹੋ ਸਾਡੇ ਸਰੋਤਿਆਂ ਨੂੰ ਸ਼ਾਮ ਤੇ ਜ਼ਰੂਰ ਜਾਂ ਸਾਹਿਤ ਮੈਡਮ, ਮੈਂ ਕੋਈ ਇਹਨੇ ਕਿਸੇ ਸੰਦੇਸ਼ ਦੇਣ ਦੇ ਕਾਬਲ ਤਾਂ ਨਹੀਂ ਆ, ਪਰ ਮੈਂ ਇੰਨਾ ਜ਼ਰੂਰ ਕਰਦੀ ਆ, ਕਹਿਣਾ ਚਾਹੁੰਦੀ ਆ ਕਿ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ, ਅਸੀਂ ਬਾਹਰ ਲੋਕਾਂ ਨੂੰ ਕਹਿੰਦੇ ਆ ਪਹਿਲਾਂ ਆਪਾਂ ਘਰ ਤੋਂ ਸ਼ੁਰੂਆਤ ਕਰੀਏ, ਕਿਉਂਕਿ ਚੈਰਿਟੀ ਬਿਗਿਨਸ ਐਟ ਹੋਮ, ਐਟ ਹੋਮ ਅਸੀਂ ਘਰ ਦੇ ਵਿੱਚ ਪਹਿਲਾਂ, ਸਭ ਤੋਂ ਪਹਿਲਾਂ ਜਿਵੇਂ ਪੰਜਾਬੀ ਮਾਂ ਬੋਲੀ ਦੀ ਗੱਲ ਹੈ, ਹੁਣ ਮੈਡਮ ਡਾਕਟਰ ਸਰਜੀਤ ਸੋਲ ਜੀ ਕਿੰਨਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਉਹ ਕਰ ਰਹੇ ਨੇ ਕੰਮ, ਬਿਲਕੁਲ ਉਹ ਈਵਨ ਮਤਲਬ ਥਾਂ ਥਾਂ ਤੇ ਪਹੁੰਚਦੇ ਨੇ, ਉਹ ਵੀ ਨਵੀਆਂ ਕਲਮਾਂ ਨੂੰ ਨਾਲ ਜੋੜ ਰਹੇ ਨੇ, ਔਰ ਬਹੁਤ ਸਾਰੇ ਪ੍ਰੋਗਰਾਮ ਕਰਾ ਰਹੇ ਨੇ, ਉਹ ਅੱਜ ਦਾ ਪ੍ਰੋਗਰਾਮ ਵੀ ਜਿਹੜੇ ਹੋ ਰਹੇ ਨੇ ਇਹ ਵੀ ਉਹਨਾਂ ਕਰਕੇ ਹੋ ਰਹੇ ਨੇ।
ਨੇ। ਸੋ ਇਸ ਤਰ੍ਹਾਂ ਦੇ ਅਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਘਰ ਦੇ ਵਿੱਚ ਪੰਜਾਬੀ ਵੱਧ ਤੋਂ ਵੱਧ ਬੋਲਣੀ ਚਾਹੀਦੀ ਹੈ ਔਰ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਕਹਿਣਾ ਚਾਹੀਦਾ ਔਰ ਸਾਡੇ ਜਿਹੜੇ ਘਰਾਂ ਦੀਆਂ ਤਖਤੀਆਂ ਅੱਜ ਵੀ ਅੰਗਰੇਜ਼ੀ ਚ ਨਾਮ ਲਿਖੇ ਪਏ ਨੇ ਉਹਨਾਂ ਨੂੰ ਵੀ ਪੰਜਾਬੀ ਚ ਲਿਆਓ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਖੁਸ਼ੀ ਤੇ ਗਮੀ ਦੇ ਜਿਹੜੇ ਕਾਰਡ ਨੇ ਉਹ ਵੀ ਔਰ ਦੁਕਾਨਾਂ ਤੇ ਸਾਡੇ ਜਿਹੜੇ ਬੋਰਡ ਲੱਗੇ ਨੇ ਉਹ ਵੀ ਪੰਜਾਬੀ ਚ ਲਿਖਾਈਏ ਔਰ ਪੰਜਾਬੀ ਬੋਲਣ ਲੱਗੇ ਆ ਗਰਵ ਮਹਿਸੂਸ ਕਰੀਏ ਮਾਣ ਮਹਿਸੂਸ ਕਰੀਏ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਸੋ ਪੰਜਾਬੀ ਉਹਦੇ ਨਾਲ ਨਾਲ ਇਹ ਸ਼ੁਰੂਆਤ ਆਪਣੇ ਮਾਂ ਨੂੰ ਹੀ ਘਰ ਵਿੱਚ ਬਾਪ ਨੂੰ ਹੀ ਕਰਨੀ ਪਏਗੀ ਔਰ ਮਾਂ ਨੂੰ ਇੱਕ ਚਾਹੀਦਾ ਹੈ ਕਿ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਚ ਲਿੰਗ ਦੇ ਆਧਾਰ ਤੇ ਕੋਈ ਵਿਤਕਰਾ ਨਾ ਹੋਵੇ ਕਿਉਂਕਿ ਮੈਂ ਦੇਖਦੀ ਹਾਂ ਕਿ ਜਦੋਂ ਕੁੜੀਆਂ ਜੇ ਬਿਮਾਰ ਹੋ ਜਾਣ ਤਾਂ ਜਿਹੜੇ ਪਿੰਡਾਂ ਦੀਆਂ ਔਰਤਾਂ ਮੈਂ ਦੇਖੀਆਂ ਨੇ ਕਿ ਉਹ ਕਦੇ ਕਿਤੇ ਵੀ ਘਰ ਦੇ ਟੋਟਕੇ ਕਹਿ ਜਾਣਗੇ ਪਰ ਉਹ ਕਦੇ ਨਹੀਂ ਲੈ ਕੇ ਜਾਂਦੇ ਦਵਾਈ ਨਹੀਂ ਲੈਣੀ ਪਰ ਮੁੰਡਾ ਬਿਮਾਰ ਹੋਵੇ ਪਰ ਡਾਕਟਰ ਕੋਲ ਪਹੁੰਚਦੇ ਨੇ। ਸੋ ਕੁੜੀਆਂ ਮੁੰਡੇ ਦੇ ਪਾਲਣ ਪੋਸ਼ਣ ਵਿੱਚ ਉਹਨਾਂ ਨੂੰ ਪੜ੍ਹਾਉਣ ਲਿਖਾਉਣ ਵਿੱਚ ਉਹਨਾਂ ਨੂੰ ਡਾਂਟਣ ਵਿੱਚ ਉਹਨਾਂ ਦੇ ਸਾਥੀ ਦੀ ਚੋਣ ਵਿੱਚ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ ਘਰ ਵਿੱਚ ਖਿਲਾਉਣੇ ਕੁੜੀਆਂ ਲਈ ਕਿਉਂ ਘਰ ਦੇ ਕਿਚਨ ਸੈੱਟ ਆ ਰਹੇ ਨੇ ਕਿ ਤੁਸੀਂ ਤੂੰ ਆਪਣਾ ਗੈਸ ਨਾਲ ਚੁੱਲ੍ਹਾ ਬਾਲ ਤੇ ਬੱਚੇ ਲਈ ਕਿਉਂ ਮੁੰਡੇ ਲਈ ਵੀ ਆਣ ਮੁੰਡੇ ਨੂੰ ਵੀ ਜ਼ਿੰਮੇਵਾਰੀਆਂ ਦੇਣ ਕਿਚਨ ਦੀਆਂ ਬਰਾਬਰ ਖਿਲਾਉਣੇ ਆਉਣੇ ਚਾਹੀਦੇ ਨੇ ਜੋ ਉਹਦੇ ਲਈ ਗੰਨ ਆ ਰਹੀ ਹੈ ਤੇ ਉਹਦੇ ਲਈ ਵੀ ਗੰਨ ਆਵੇ ਤੇ ਤੁਸੀਂ ਲੈ ਕੇ ਆ ਰਹੇ ਹੋ ਬਿਲਕੁਲ ਘਰ ਦੇ ਵਿੱਚ ਮਾਹੌਲ ਏਦਾਂ ਪਿਆਰ ਕੀਤਾ ਜਾਵੇ ਕਿ ਜਿਵੇਂ ਅਸੀਂ ਘਰ ਦੇ ਵਿੱਚ ਆਪ ਹੀ ਦੀਵਾਰਾਂ ਬਣਾ ਰਹੇ ਹਾਂ ਔਰ ਬੈਠੇ ਅਸੀਂ ਹਰ ਕੋਈ ਆਪਣੇ ਆਪਣੇ ਫੋਨ ਤੇ ਅੰਜਨ ਕਰੀ ਜਾਂਦਾ। ਸੋ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਕੁਆਲਿਟੀ ਟਾਈਮ ਦਈਏ ਕੁਆਲਿਟੀ ਟਾਈਮ ਦਈਏ ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਵੱਡਿਆਂ ਦਾ ਘਰ ਸਤਿਕਾਰ ਕਰੀਏ ਬਜ਼ੁਰਗਾਂ ਦਾ ਕਿਉਂਕਿ ਬੱਚੇ ਜੋ ਕੁਛ ਵੇਖਦੇ ਨੇ ਉਹ ਹੀ ਅਮਲ ਚ ਲਿਆਉਂਦੇ ਨੇ। ਸੋ ਸਾਡੇ ਜਿਹੜੇ ਬੱਚੇ ਨੇ ਉਹ ਭਵਿੱਖ ਨੇ। ਬਸ ਇੰਨਾ ਕੀ ਕਹਿੰਦੀ ਹੈ ਬਹੁਤ ਬਹੁਤ ਸ਼ੁਕਰੀਆ। ਹਾਂਜੀ ਦੀਪ ਜੀ ਸਾਡੇ ਪਾਸ ਸਮਾਂ ਹੈ ਜੀ ਕਮੈਂਟਸ ਪੜਨ ਦਾ ਜੀ ਸਮਾਂ ਹੀ ਸਮਾਂ ਹੈ ਬਹੁਤ 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 ਹੀ ਨਵੇਂ ਹੋਰ ਆਪਣੀਆਂ ਸ਼ਖਸੀਅਤਾਂ ਬਹੁਤ ਹੀ ਪਿਆਰੇ ਸਰੋਤੇ ਜੁੜੇ ਨੇ ਜੀ ਪ੍ਰੇਮ ਸਿੰਘ ਖੇਰ ਸਾਹਿਬ ਨੂੰ ਇਸ ਗੱਲਬਾਤ ਨੂੰ ਸੁਣਨ ਵਾਲੇ ਬਹੁਤ ਸਰੋਤਿਆਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਡੂੰਘਾ ਤੇ ਅਮਲੀ ਗਿਆਨ ਮਿਲੇਗਾ। ਲੰਬਾ ਦਰਸ਼ਨ ਦਾ ਇਹ ਇਸ ਪ੍ਰੋਗਰਾਮ ਦੇ ਮਾਣ ਅਤੇ ਮਹਿਮਾਨਾਂ ਅਤੇ ਉਸ ਜੀ ਨੂੰ ਸਾਡਾ ਬਹੁਤ ਬਹੁਤ ਸਤਿਕਾਰ। ਅੰਜੂ ਗਰੋਵਰ ਜੀ ਕਹਿੰਦੇ ਨੇ ਥੈਂਕਸ ਬਲਦੀਪ ਸਿੰਧੂ ਜੀ ਫੋਰ ਸੱਚ ਵੰਡਰਫੁਲ ਪ੍ਰੋਗਰਾਮ ਸ਼ੁਕਰੀਆ ਜੀ। ਪ੍ਰੇਮ ਸਿੰਘ ਕਲੇਰ ਕਹਿੰਦੇ ਨੇ ਰੰਗ ਰੇਡੀਓ ਦਿਨ ਬ ਦਿਨ ਬੁਲੰਦੀਆਂ ਸ਼ੋ ਮੈਂ ਆਪਣੀਆਂ ਹੀ ਤਾਰੀਫਾਂ ਪੜ੍ਹ ਧੰਨਵਾਦ ਜੀ। ਅੰਜੂ ਫਿਰ ਅੱਗੇ ਸੁਖਵਿੰਦਰ ਕੌਰ ਜੀ ਕਹਿੰਦੇ ਆ ਬਹੁਤ ਵਧੀਆ ਕਾਰਜ ਕਰ ਰਹੇ ਹੋ ਮੈਡਮ ਕੋਚਰ ਜੀ ਪਰਮਾਤਮਾ ਜੀ ਤੁਹਾਡੇ ਤੇ ਬੜੀ ਕਿਰਪਾ ਕਾਰਨ ਸੈਲਿਊਟ ਹੈ ਤੁਹਾਨੂੰ। ਸਰਬਜੀਤ ਸੋਹਲ ਡਾਕਟਰ ਸਰਬਜੀਤ ਸੋਹਲ ਕਹਿ ਰਹੇ ਨੇ ਮਾਨਸਿਕਤਾ ਸੁਧਾਰਨ ਦੀ ਲੋੜ ਹੈ। ਗੁਰਦਰ ਸਿੰਘ ਕਹਿ ਰਹੇ ਨੇ ਮੈਮ ਫੈਸਲਾ ਨਿਰਪੱਖ ਹੀ ਕਰਨਾ ਚਾਹੀਦਾ ਔਰਤ ਦਾ ਪੱਖ ਇਕੱਲਾ ਨਾ ਵੀ ਹੋਵੇ ਨਾ ਹੀ ਕਰੇ ਉਹ ਜੋ ਵੀ ਗਲਤ ਹੈ ਚਾਹੇ ਉਹ ਔਰਤ ਹੋਵੇ ਜਾਂ ਅਮਨਦੀਪ ਸਿੰਘ ਗਰੋਬਰ ਬਹੁਤ ਖੁਸ਼ ਨੇ ਜੀ ਬਾ ਕਮਾਲ ਕਹਿ ਰਹੇ ਨੇ ਬਹੁਤ ਵਧੀਆ। ਸੰਦੀਪ ਕੌਰ ਜੀ ਕਹਿੰਦੇ ਪਲੀਜ਼ ਨਾ ਜਾਓ ਨਾ ਖਤਮ ਨਾ ਕਰੋ ਪ੍ਰੋਗਰਾਮ ਸਮਾਂ ਕੋ ਰੁਕਦਾ ਨਹੀਂ ਜੀ ਬਾ ਕਮਾਲ ਦਾ ਬਾ ਕਮਾਲ ਸੁਖਵਿੰਦਰ ਕੌਰ ਜੀ ਕਹਿ ਰਹੇ ਨੇ। ਇਸ ਤੋਂ ਬਾਅਦ ਸਰਬਜੀਤ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਤੇ ਸਤਿਕਾਰ ਭੇਜ ਰਹੇ ਨੇ ਜੀ ਕਹਿੰਦੇ ਬਹੁਤ ਖੂਬ ਬਹੁਤ ਸਾਰੀਆਂ ਔਰਤਾਂ ਅੱਜ ਦੇ ਕਾਨੂੰਨ ਨੂੰ ਆਪਣੇ ਨਾਮ ਰਜਿਸਟਰੀ ਸਮਝਦੀਆਂ ਹਨ ਤੇ ਗਲਤ ਵਰਤੋਂ ਕਰ ਰਹੀਆਂ ਨੇ ਇਸ ਕਰਕੇ ਸਾਰੇ ਜੁੜ ਰਹੇ। ਇਹ ਤੁਹਾਡੀ ਵਕਾਲਤ ਕਰਕੇ ਹੈ ਜੀ ਅੱਜ ਵਕਾਲਤ ਦਾ ਵੀ ਕੁਛ ਹਿੱਸਾ ਆਇਆ ਇਹਦੇ ਵਿੱਚ। ਬਿਲਕੁਲ ਜੀ ਬਿਲਕੁਲ ਤੇ ਇਸ ਨਾਲ ਨਾਲ ਸਰ ਡਾਕਟਰ ਸਰਬਜੀਤ ਸੋਹਲ ਧੰਨਵਾਦ ਕਰ ਰਹੇ ਨੇ ਆਪ ਜੀ ਦਾ ਤੇ ਬਹੁਤ ਵਧੀਆ ਆਖ ਰਹੇ ਨੇ ਥੈਂਕ ਯੂ ਸ਼ੁਕਰੀਆ ਆਖ ਰਹੇ ਨੇ ਜੀ। ਲੰਬਰਦਾਰ ਜੀ ਕਹਿ ਰਹੇ ਨੇ ਕੋਈ ਵੀ ਹੋਵੇ ਗਲਤ ਨੂੰ ਗਲਤ ਕਹਿਣਾ ਚਾਹੀਦਾ। ਮੁਨੇਜ਼ਾ ਖਾਨ ਜੀ ਕਹਿੰਦੇ ਬਿਲਕੁਲ ਸਹੀ। ਮਹਿੰਗਾ ਸਿੰਘ ਸ਼ੌਕਰ ਜੀ ਆਏ ਨੇ ਕਹਿੰਦੇ ਬਹੁਤ ਵਧੀਆ ਵਿਚਾਰ ਖੁਸ਼ ਰਹੋ ਬਹੁਤ ਵਧੀਆ ਗੱਲਬਾਤ ਸਾਡੇ ਮੁਨੇਜ਼ਾ ਅਤੇ ਸ਼ਹਿਬਾਜ਼ ਜੀ ਆਪ ਜੀ ਤੱਕ ਪੁੱਜਦਾ ਕਰ ਰਹੇ ਨੇ। ਦੇਖੋ ਜੀ ਤੁਹਾਡੀ ਇੰਟਰਵਿਊ ਦੇਖਣ ਦੇ ਲਈ ਸਾਡੇ ਸ਼ਹਿਬਾਜ਼ ਜੀ ਦੀ ਤਬੀਅਤ ਅੱਜ ਬਹੁਤ ਨਾਸਾਜ਼ ਹੈ ਪਰ ਕਹਿੰਦੇ ਨਹੀਂ ਮੈਂ ਸ਼ਮੂਲੀਅਤ ਕਰਨੀ ਆ। ਸੋ ਸ਼ੁਕਰੀਆ ਸ਼ੁਕਰੀਆ ਸ਼ਹਿਬਾਜ਼ ਜੀ 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 ਡਾਕਟਰ ਕੋਚ ਜੀ ਮੈਂ ਹਾਂਜੀ ਦੀਪ ਜੀ ਮੈਂ ਇੱਥੇ ਕਵਾਂਗੀ ਕਿ ਜੋ ਵੀ ਸਾਡੀਆਂ ਭੈਣਾਂ ਜਾਂ ਵੀਰ ਲੁਧਿਆਣਾ ਦੇ ਆਸ ਪਾਸ ਰਹਿੰਦੇ ਨੇ ਜੀ ਉਹ ਕੋਈ ਸਮੱਸਿਆ ਹੋਏ ਤੇ ਕੋਚਰ ਜੀ ਨੂੰ ਮਿਲ ਸਕਦੇ ਜੀ ਬਹੁਤ ਕੋਚਰ ਜੀ ਜੀ ਇਹ ਵੀ ਮਿਲ ਸਕਦੇ ਨੇ ਆਪਣੀ ਸਮੱਸਿਆਵਾਂ ਬਿਲਕੁਲ ਮੈਂ ਬਿਲਕੁਲ ਜੀ ਦੂਰਦਰਸ਼ਨ ਵਾਲਿਆਂ ਨੇ ਵੀ ਕਿਹਾ ਕਿ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ ਮੈਂ ਦੇ ਦਿੱਤਾ। ਸੱਤ ਜਾਣੇ ਹੋ ਕਿ ਇੱਕ ਹਫਤੇ ਵਿੱਚ 300 ਵੱਧ ਔਰਤਾਂ ਦੇ ਮੈਨੂੰ ਫੋਨ ਆਏ ਇੱਕ ਹਫਤਾ ਲਗਾਤਾਰ
औरतों के बहुत सारे केसेस जड़े ने मैं उत्थे ऑनलाइन ही सॉल्व करते उन्हां दे कि तुसी इस तरह कर लो, और बहुत जी सारे केस जड़े ने बहुत मेरे कोल कूल घर भी पहुंचे, और बहुत चलो दुआवां मिलदियां ने। मैं 80% बिल्कुल कोशिश करती हां बिल्कुल घरां नूं बसाया है, उन्हां नूं घर जोड़े ने तोड़े नहीं, क्योंकि जोड़ना औखा है तो तोड़ना बहुत जल्दी तोड़ सकते हैं, बिल्कुल तो बिल्कुल कोशिश करी दी है ना जी। बिल्कुल जी, अगर बहुत किसी भी साडे शुक्रिया आप दोस्त जोड़ना जो चाहे सुन रहे हैं उन्हां नूं मुश्किल होए वो कोचर जी नूं मिल सकदे ने लुधियाना। हाँ जी हाँ जी दीप जी बहुत बहुत शुक्रिया इस गल हाँ नूं असीं अपने जरिए भी होर तरीकों जरिए भी पुछदा करांगे। तुहाडी इस बहुत ही खूबसूरत मदद जिहड़ी कि तुसीं प्रोग्राम दे विच वी पुजदी कर रहे हो, सब तक दिलां दे विच होर तुसीं वासा करदे जा रहे हो। खैर यह नेकी दे काम हरेक दे हिस्से नहीं परमात्मा वल्लों हुंदा है। खैर मैं मुड़दी हाँ जी डॉक्टर सतिंदर कालों जी वल जी इजाजत जी प्रोग्राम खत्म करन तो पहले पंजाब साहित्य अकैडमी ਸਾਡੇ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਸੋਲ ਤੇ ਰੇਡੀਓ ਰੰਗ ਐਫਐਮ ਦੇ ਡਾਇਰੈਕਟਰ ਬਲਦੀਪ ਸੰਧੂ ਜੀ ਦਾ ਬਹੁਤ ਸ਼ੁਕਰੀਆ ਕਿ ਇਹੋ ਜਿਹੇ ਨਵੇਕਲੇ ਵਿਲੱਖਣ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਤੇ ਅਸੀਂ ਕਈ ਹਸਤੀਆਂ ਨੂੰ ਆਪਣੇ ਦੋਸਤਾਂ ਦੇ ਰੂਬਰੂ ਕਰਵਾ ਰਹੇ ਹਾਂ ਤੇ ਉਹਨਾਂ ਨੂੰ ਵੀ ਜੀਵਨ 'ਚ ਸੇਧ ਮਿਲ ਰਹੀ ਹੈ, ਉਹਨਾਂ ਕੋਲ ਸਿੱਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਵੀ ਤੇ ਡਾਕਟਰ ਕੋਚਰ ਜੀ ਦਾ ਵੀ ਤੇ ਸਾਰੇ ਅਜ਼ੀਜ਼ ਦੋਸਤਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਜੋ ਆਪਣੇ ਕੀਮਤੀ ਸਮੇਂ ਚੋਂ ਸਾਡੇ ਲਈ ਸਮਾਂ ਕੱਢ ਰਹੇ ਨੇ ਤੇ ਜਾਂਦੇ ਜਾਂਦੇ ਦੋ ਲਾਈਨਾਂ ਦੇ ਨਾਲ ਝੁਕਾਵੀ ਨਾ ਤੂੰ ਸਿਰ ਆਪਣਾ ਕਦੇ ਵੀ ਨੇਰ ਦੇ ਅੱਗੇ ਮਗਰ ਚਾਨਣ ਦੇ ਤਾਈ ਤੂੰ ਸਦਾ ਸਿਜਦਾ ਕਰੀ ਕੁਛ। ਬਹੁਤ ਬਹੁਤ ਸ਼ੁਕਰੀਆ ਜੀ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਅਲਵਿਦਾ ਬਹੁਤ ਬਹੁਤ ਮਿਹਰਬਾਨ। ਅਗਲੀ ਵਾਰੀ ਫੇਰ ਸੋਮਵਾਰ ਨੂੰ ਕਿਸੇ ਨਵੀਂ ਕਲਮ ਦੇ ਨਾਲ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਰੰਗ 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 ਐਫਐਮ, ਰੰਗ 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 ਐਫਐਮ। ਚੁੱਪ ਨੂੰ ਵੀ ਹੁਣ ਬੋਲ ਮਿਲੇ ਨੇ, ਸੱਤੇ ਬੂਹੇ ਖੋਲ ਮਿਲੇ ਨੇ, ਹਰ ਚਾਨਣ ਦਾ ਜਾਇਆ ਉਹ ਜ਼ਿੰਦਗੀ ਸੰਗ ਬੋਲੂਗਾ, ਹੁਣ ਰੰਗ ਬੋਲੂਗਾ, I'm